सब तो पहला सब संगत नूं सत श्री अकाल बुलावां जी, फिर जिन्हें भी मेरे तो वड्डे ने सीनियर ने सब दे पैरी हथ लावां जी, धीआं भैणां सांझियां सब दियां एक गल ना कदे भुलावां, जो दिता मेरे सतगुर दिता उस दर ते शीश झुकावां। बहुत पवित्र मुकद्दस भागां वाली जगह दहरा लख दाता पीर निगाह पिंड गढ़ी अजीत सिंह जी, सारी कमेटी का धन्नवाद जी जिन्होंने सानू माण बख्शिया तुहाडी सेवा करन दा। दुआबा एरिया बहुत प्यारे लोग वसदे ने, बहुत सोहना मेला, बहुत सोहना प्रबंध, बहुत सोहनी साउंड मिंटू साउंड, दुआबा टीवी लाइव बहुत वधिया ढंग नाल लाइव कर रहे ने, मैं देखिया क्वालिटी बड़ी अच्छी आ रही है। और NRI वीर जिन्ने भी आए ने साडे जिन्हां दा सहयोग नाल, जदों हुण बैलेंस कर रहे सी उदों आवाज़ कट्टी गई सी, लाइव दे विच चैक कर लिओ, वैसे तो तुहानूं पता है तुसीं कट्टी होणी है। ठीक है, थैंक यू। सो मेहरबानी जी, कोशिश करते हैं दो लैण बाबा जी के नाते, उस तो बाद प्रोग्राम साडा सारा ही तकरीबन परिवारक हुंदा है। फिर भी जिवें जिवें तुहाडा सहयोग मिलेगा उवें प्रोग्राम नूं अगे तोरांगे। दो चार गीत अपनी पसंद है, फिर हासे ठट्टे दीआं गल्लां जिन्ने भी प्रैस वाले सज्जन साडे पहुंचे ने जी, एंड मोस्ट वेलकम कमलजीत जी, कमर साहब बहुत प्यारे राइटर ने, जलंधर दूरदर्शन के प्रोड्यूसर भी ने, शौंकण मेले के प्रोग्राम उन्हों का भी धन्यवाद। आओ जी दो लैणा बाबा जी के नाते, फिर अगलिया गल्लां तुहाडे नाल। आओ जी समझ कोई ना ताल बारे अनजाना, ताल बारे अनजाना दातया, ताल बारे अनजाना, परी सभा विच की बोलना मैं बिल्कुल ना जाना, मैं बिल्कुल ना जाना दातया, मैं बिल्कुल ना जाना, सुरती मैनू समझ कोई ना ताल बारे अनजाना, परी सभा विच की बोलना मैं बिल्कुल ना जाना। एक बारी पत गई गवाची, ओ एक बारी पत गई गवाची, हाथ नहीं आउंदी लखी दातिया निगाह मेहर दी, निगाह मेहर दी लखी दातिया निगाह मेहर दी, निगाह मेहर दी लखी दातिया निगाह मेहर दी, निगाह मेहर दी रखी मालिका निगाह मेहर दी। वाला आके कौन तेरे बिन संगी, कौन तेरे बिन संगी दातिया, कौन तेरे बिन संगी,
ਅਤੇ ਫਰੇਬੀ ਸਾਰੀ ਦੁਨੀਆ ਰੰਗ ਬਰੰਗੀ ਦੁਨੀਆ ਰੰਗ ਬਰੰਗੀ ਦਾਤਿਆ ਦੁਨੀਆ ਰੰਗ ਬਰੰਗੀ ਚੱਕ ਹਾਜ਼ੀਪੁਰ ਵਾਲਾ ਆਖੇ ਕੌਣ ਤੇਰੇ ਬਿਨ ਸੰਗੀ ਝੂਠੀ ਅਤੇ ਫਰੇਬੀ ਸਾਰੀ ਦੁਨੀਆ ਰੰਗ ਬਰੰਗੀ ਤੇਰਾ ਕੀਤਾ ਜਗਤ ਤਮਾਸ਼ਾ ਤੇਰਾ ਕੀਤਾ ਜਗਤ ਤਮਾਸ਼ਾ ਵੇਖ ਲਿਆ ਮੈਂ ਅੱਖੀ ਦਾਤਿਆ ਨਿਗਾਹ ਮਿਹਰ ਦੀ ਸਤਿਗੁਰ ਵਾਹਿਗੁਰੂ ਮਾਲਕ ਸਤਿਗੁਰ ਨਿਗਾਹ ਮਿਹਰ ਦੀ ਸੀ ਅਰਜੋਈ ਅਰਦਾਸ ਬੇਨਤੀ ਧੰਨਵਾਦ ਜਿਹਨਾਂ ਦੇ ਹੱਥਾਂ ਨੇ ਤਾੜੀ ਮਾਰੀ ਸਾਡੀਆਂ ਭੈਣਾਂ ਜਿੰਨੀਆਂ ਵੀ ਮੇਰੇ ਤੋਂ ਛੋਟੀਆਂ ਨੇ ਮੈਂ ਸਿਰ 'ਤੇ ਹੱਥ ਧਰਦਾ ਜਿਹੜੀਆਂ ਵੱਡੀਆਂ ਨੇ ਮੈਂ ਪੈਰੀਂ ਹੱਥ ਲਾਉਣੇ ਬਹੁਤ ਸਤਿਕਾਰ ਬਾਬਾ ਨਾਨਕ ਜੀ ਬੜੀ ਉਪਮਾ ਕਰਕੇ ਗਏ ਨੇ ਔਰਤ ਦੀ ਕਿਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਜਾਨ ਪਰ ਅੱਜ ਗੀਤਾਂ ਦੇ ਵਿੱਚ ਸਭ ਤੋਂ ਵੱਧ ਜੇ ਭੰਡਿਆ ਜਾਂਦਾ ਤਾਂ ਔਰਤ ਨੂੰ ਭੰਡਿਆ ਜਾਂਦਾ ਸਾਡੀਆਂ ਧੀਆਂ ਭੈਣਾਂ ਬਾਰੇ ਗੀਤ ਹੁੰਦੇ ਨੇ ਫਿਰ ਅਸੀਂ ਡੀ ਜੇ 'ਤੇ ਲਾ ਕੇ ਨੱਚਦੇ ਹਾਂ ਸੋ ਪ੍ਰੈਸ ਵਾਲੇ ਸਾਡੇ ਸੱਜਣ ਖੜ੍ਹੇ ਨੇ ਬੜੀ ਵਧੀਆ ਜ਼ਿੰਮੇਵਾਰੀ ਨਿਭਾ ਰਹੇ ਨੇ ਸਾਊਂਡ ਬਹੁਤ ਅੱਛੀ ਥੋੜ੍ਹਾ ਜਿਹਾ ਕੋਰਸ ਮੈਨੂੰ ਥੋੜ੍ਹਾ ਵੱਧ ਦੇ ਦਿਓ ਇੱਕ ਜਿਹੜਾ ਬੇਸ ਕਾਰਡ ਵਾਲੀ ਕੀਬੋਰਡ ਥੋੜ੍ਹੀ ਜਿਹੀ ਘੱਟ ਕਰ ਦਿਓ ਬਾ ਮਿਹਰਬਾਨੀ ਸ਼ੁਕਰੀਆ ਸਾਰਾ ਕੁਛ ਓਕੇ ਬਹੁਤ ਪਿਆਰੀ ਸਾਊਂਡ ਹੈ ਜੀ ਇੱਕ ਗੀਤ ਆਪਣੀ ਪਸੰਦ ਆ ਉਸ ਤੋਂ ਬਾਅਦ ਇੱਕ ਛੋਟਾ ਜਿਹਾ ਗੀਤ ਹੋਰ ਉਸ ਤੋਂ ਬਾਅਦ ਫਿਰ ਦਗਾਣੇ ਸ਼ੁਰੂ ਕਰਦੇ ਹਾਂ ਜੀ ਸਾਡਾ ਨਵਾਂ ਰਿਕਾਰਡ ਗੀਤ ਲੋਕ ਤੱਥ ਆ ਵੈਸੇ ਅਸੀਂ ਬੜੇ ਵੈਸਟਰਨ ਮਿਊਜ਼ਿਕ 'ਚ ਮੁੰਡੇ ਖੁੰਡਿਆਂ ਲਈ ਰਿਕਾਰਡ ਕੀਤਾ ਕਿਉਂਕਿ ਜ਼ਿਆਦਾ ਵੈਸਟਰਨ ਮਿਊਜ਼ਿਕ ਸੁਣਦੇ ਆ ਪਰ ਅਸੀਂ ਦੇਸੀ ਟੱਚ 'ਚ ਪੇਸ਼ ਕਰਨ ਲੱਗੇ ਹਾਂ ਪਾਉਣੀ ਜੇ ਖੈਰ ਨਾ ਹੋਵੇ ਮੰਦਾ ਨਹੀਂ ਬੋਲੀ ਦਾ ਇੱਕ ਇੱਕ ਲੈਣ ਸੁਣਨ ਵਾਲੀ ਆ ਆਸ ਕਰਦਾ ਬੜੇ ਪਿਆਰ ਨਾਲ ਸੁਣਦੇ ਪੌਣੀ ਜੇ ਖੈਰ ਨਾ ਹੋਵੇ ਆ ਮੰਦਾ ਨੀ ਬੋਲੀ ਦਾ ਬਈ ਪੁੱਛੇ ਤੋਂ ਬਿਨਾਂ ਕਿਸੇ ਦਾ ਕੁੰਡਾ ਨੀ ਖੋਲੀ ਦਾ ਹੋਵੇ ਜੇ ਰਾਹ ਸਰਕਾਰੀ ਪਾਣੀ ਨੀ ਡੋਲੀ ਦਾ ਲਾਂਘੇ ਵਿੱਚ ਕਦੇ ਨਾ ਸੁੱਟੀਏ ਲਾਂਘੇ ਵਿੱਚ ਕਦੇ ਨਾ ਸੁੱਟੀਏ ਕੇਲੇ ਦੇ ਛਿਲਕੇ ਨੂੰ ਥੱਲੇ ਕਈ ਵਾਰੀ 20 ਲੱਖ ਦੀ ਗੱਡੀ ਹੁੰਦੀ ਹੈ ਪਰ ਜਵਾਕਾਂ ਨੂੰ ਇੰਨੀ ਅਕਲ ਨਹੀਂ ਹੁੰਦੀ ਕਿ ਸੜਕ ਦੇ ਉੱਤੇ ਕੇਲਿਆਂ ਦੇ ਛਿੜਕੇ ਲਿਫਾਫੇ ਸਿੱਟਦੇ ਜਾਂਦੇ ਕਿ ਮਗਰਲਾ ਬੰਦਾ ਪਜਲ ਹੋ ਸਕਦਾ ਐਕਸੀਡੈਂਟ ਹੋ ਸਕਦਾ ਉੱਥੇ ਹੀ ਸਿੱਟੀ ਜਾਂਦੇ ਲਾਂਘੇ ਵਿੱਚ ਕਦੇ ਨਾ ਸੁੱਟੀਏ ਕੇਲੇ ਦੇ ਛਿਲਕੇ ਨੂੰ ਲੱਗਦੀ ਆ ਸੱਟ ਬੁਰੀ ਪਈ ਚਿੱਕੜ ਤੋਂ ਤਿਲਕੇ ਨੂੰ ਲੱਗਦੀ ਆ ਸੱਟ ਬੁਰੀ ਪਈ ਕੇਲੇ ਤੋਂ ਤਿਲਕੇ ਨੂੰ ਲੱਗਦੀ ਆ ਚੋਟ ਬੁਰੀ ਪਈ ਲੱਗਦੀ ਆ ਸੱਟ ਬੁਰੀ ਪਈ ਸਾਂਝਾ ਕੰਮ ਹੋਵੇ ਪਿੰਡ ਦਾ ਅੜਾਈਏ ਨਾ ਟੰਗ ਕਦੇ ਸਾਂਝਾ ਕੰਮ ਹੋਵੇ ਪਿੰਡ ਦਾ ਅੜਾਈਏ ਨਾ ਟੰਗ ਕਦੇ ਵੈਰੀ ਦੇ ਦਰਾਂ ਮੂਰ ਦੀ ਲੰਘੀਏ ਨਾ ਖੰਘ ਕਦੇ ਵੈਰੀ ਦੇ ਦਰਾਂ ਮੂਰ ਦੀ ਲੰਘੀਏ ਨਾ ਖੰਘ ਕਦੇ ਲੈਣੋ ਬਈ ਮੁੱਲ ਲੜਾਈ ਟਲਦੇ ਨੀ ਨੰਗ ਕਦੇ ਲੈਣੋ ਬਈ ਮੁੱਲ ਲੜਾਈ ਟਲਦੇ ਨੀ ਨੰਗ ਕਦੇ ਬਹੁਤਾ ਚਿਰ ਕੰਮ ਨੀ ਚੱਲਦਾ ਬਹੁਤਾ ਚਿਰ ਕੰਮ ਨੀ ਚੱਲਦਾ ਚੋਰੀ ਦੇ ਧੰਦੇ ਦਾ ਕਰੀਏ ਇਤਵਾਰ ਕਦੇ ਨਾ ਚਾਲੂ ਜੇ ਬੰਦੇ ਦਾ ਕਰੀਏ ਇਤਵਾਰ ਕਦੇ ਨਾ ਚਾਲੂ ਜੇ ਬੰਦੇ ਦਾ ਕਰੀਏ ਇਤਵਾਰ ਕਦੇ ਨਾ ਚਾਲੂ ਜੇ ਬੰਦੇ ਦਾ ਕਰੀਏ ਇਤਵਾਰ ਕਦੇ
अमली ते सप डूमना धुप्पे नी छेड़ी दे अमली ते सप डूमना धुप्पे नी छेड़ी दे लड़िए ना नाल मला दे बैके विच बेड़ी दे लड़िए ना नाल मला दे बैके विच बेड़ी दे होवे जे रुत बरसाती कमरे नी उधेड़ी दे होवे जे रुत बरसाती कोठे नी देड़ी दे बदलां विच मस्ती चढ़दी बदलां विच मस्ती चढ़दी कोयलां ते मोरां नू लगदा नी चानण चंगा आशक ते चोरां नू लगदा नी चानण चंगा आशक ते चोरां नू लगदा नी चानण चंगा आशक ते चोरां नू लगदा नी चानण चंगा अकल जिसने धक्के नी खाते पई आउंदी नी अकल जिसने धक्के नी खाते पई थां थां ते खुल गए हुण तां नशियां दे ढाबे पई थां थां ते खुल गए हुण तां नशियां दे ढाबे पई रफलां चुक गाउण वाले भी मारन हुण दाबे पई रफलां चुक गाउण वाले भी मारन हुण दाबे पई भुलिए ना सिखां वाला भुलिए ना सिखां वाला मंदिरां होए फर्जां नूं बहुत वधिया साउंड है क्या बात है भुलिए ना सिखा वाला मंदरा होए फर्जा नू मैं तो कम होर आया सी वैसे तुसी होर ला लिया मैं साउंड सुन आया सी पर तुसी माण करता बहुत मेहरबानी धन्यवाद शुक्रिया ये चीज चंगी बहुत लगती है जे इज्जत ना मिल जाए जे बेइज्जती करा के भावें लख रुपया कमा ले जीरो होंगे इज्जत ना रुपया भी मिल जाए बहुत धन्यवाद कमेटी बहुत प्यारा सिस्टम है बहुत सोहना माहौल है बहुत मेले लाने मैंने 30 साल हो गए गाँव रूप पर इस तरह का माहौल बहुत घट्ट मेलों में मिलता है एक बार कमेटी के नाते ताड़ी मार दो बहुत भुलिए ना सिखा वाला मंदिरा होए फर्जा जिंदगी भर लाना औखा मापिया के करजा जिंदगी भर लाना औखा मा प्यो दे करजा मापिया के करजा लगता नी चानण चंगा आशक ते चोरां नूं करिए इतबार कदे ना चालू जे बंदे दा करिए इतबार कदे ना एक छोटा जिहा होर लोक तत कहूंगा थैंक यू मार दे करो ताड़ी हौसला हो जाता क्योंकि कह के ताड़ी मरवाउण दा कोई फायदा नहीं जे तुसीं प्यार नाल मार दिओ समझ आ रही है क्योंकि साउंड बहुत अच्छी है पिछे असीं आ रहे सी आवाज वधिया आ रही है क्योंकि कलाकार ताई है जे एक्यूपमेंट सारे वधिया ने स्टेज अच्छी है अपने आप माहौल बनता है नेड़े नेड़े ऑडियंस बैठी है स्वाद आ जाता मुंडे खुंडे जो बह जाते सानू होर स्वाद आता भी सानू भी सुन लेंदे नहीं तो होर कलाकार सुनते अजकल बच्चों का रुझान वध्या वे एक छोटा जिहा गीत कहूँगा फिर लगातार दगाने 15-20-25 जिन्हें मर्जी सुन लो जो सानू सारे याद ने कोशिश करांगे हाँ जी हाँ मैं गाना होर सुनाउणा सी वैसे धन्यवाद तेरा थैंक यू नाल बंदे चंगे होण ना ते अकल चंगी दे देंदे मैं होर शुरू करन लगा सी पर मैं साड़ियां भैणां लई गीत स्पैशल बहुत जिहड़ा तुसीं गीत नूं प्यार बहुत दित्ता उही गीत तुहाडी नज़र जे पुत्र मिठड़े मेवे ते धीआं मिश्री डलियां उस गीत तुहाडा तुसीं बहुत उस गीत नूं प्यार दित्ता आओ जी धीआं नालों पुत्र चंगे ते ए पा गया कौन भुलेखे कई कई पुत्रां वाले ओ लोको मैं विच बुढ़ापे दे रुलदे वेखे Oh,
धिया मिश्री डलिया जे पुत्र मिठड़े मेवे धिया मिश्री डलिया दो तो कर्म है कौन दिया एको मल कलिया जे पुत्र मिठड़े मिठड़े मेवे धिया मिश्री डलिया रुखा मिसा खा लिया मन रब दा पाणा जिथे मापे तोर दे ओथे तुर जाना है जिथे मापे तोर दे ओथे तुर जाना मुंडियां दे मुकाबले नाल वित करे पलिया मुंडियां दे मुकाबले नाल वित करे पलिया जे पुत्र मिठड़े मिश्री डलिया जे ना तियां जम्मियां दुनिया मुकी जाऊ मावां तियां भैणा बिन कौन लाड लड़ाऊ हाय मावां तियां भैणा बिन कौन लाड लड़ाऊ हो ना जन जस विंदरा सुनिया ए गलिया हो ना जन जस विंदरा सुनिया ए गलिया जे पुत्र मिठड़े मिठड़े मेवे मिश्री डलिया आही देखना थले भी ताड़ी वजदी है कि नहीं वजदी गी क्योंकि जो तो डीजे चलता होवे ना यहोजे गाने चलते इन्हों की उल्ट चलते होंगे उदो नाल नचदियाँ भी है पर बहुत सत्कार जुगा भैन ने सत्कार दिता साढ़िया बच्चिया माता बैठिया ने बहुत बहुत धन्यवाद समूह मेला कमेटी का मेरा भाई कमलजीत सिंह जी लड्डू बहुत प्यारा वीर साडा स्पैशल 500 रुपया मान साढ़े ऑल जिन्हें मित्र बैठे ने मेला कमेटी वालों बहुत सारा प्यार बहुत सारा मानसकार मिले है कमल जी तो आवाज सही आ रही है अगे बैठे आवाज सही बिल्कुल पिछे आवाज सही आ रही है ताड़ी जी मार दो मैं पता लग जो एक बार दस दौ क्योंकि सुझा लेना बहुत जरूरी है सियाने कहते ना गाने वाले की हिक विच जोर है नहीं तो कल्ले साज वजाउण दा भी की फायदा है गाने वाले की हिक विच जोर है नहीं तो कल्ले साज वजाउण दा भी की फायदा है तो करजा लैके जिन्होंने मोड़ना नहीं तो उहदा व्याज वधाउण दा भी की फायदा है मक्खन बराड़ा जो घरां नूं फूक सिट दे ऐसे चिराग जगाउण दा भी की फायदा है तो जिहड़ी मक्की की रोटी नहीं ला सकती तो कल्ला साग बनाउण दा भी की फायदा है पर सियाने कहिंदे वेड़ा सुनना लगता न्याणे बिना तो सत्था रहन सुनिया सियाने बिना वेड़ा सुनना लगता न्याणे बिना तो सत्था रहन सुनिया सियाने बिना स्टेज नहीं हो जचती दुकाने बिना दुकाने लैके हाजिर है तुहाडे अपने जनाब हरिंदर संधू ते मैडम अमन धालीवाल जी साढ़े प्रेस तो सज्जन आए ने जी बग्गा सेल की आना पंजाबी जागरण तो बहुत प्यारे वीर साढ़े जी बग्गा सेल की आना पंजाबी जागरण और छिंजी जी लड़ोआ तो जगबाणी पंजाब केसरी ते पीबी टूडे चैनल धन्यवाद करते हैं भाई छिंजी जी होरां दा बहुत प्यारे सज्जन ने दुआबे दे विचों बड़े रंगले सज्जन खटे ने और कमलजीत लड्डू जी बहुत सारा माण कर गए कोई रनाम चाल मेरा भरा जे आया होवे क्योंकि जरनैल चक हाजीपुर साढ़े बहुत प्यारे गीतकार ने जिन्हां दा पहला गीत गाओ भी इस दुआबे एरिए चक हाजीपुर
ਤੇ ਗੁਰਨਾਮ ਸਾਡਾ ਵੀਰ ਚਾਲ ਖੁਰਦ ਤੋਂ ਜੇ ਆਇਆ ਹੋਵੇ ਤਾਂ ਅੱਗੇ ਆ ਜਾਏ ਨੇ ਬੈਠ ਜੀ ਮੇਰੇ ਕੋਲ ਸਪੈਸ਼ਲ ਉਹਨਾਂ ਦੇ ਪਿੰਡ ਬਹੁਤ ਮੇਲੇ ਲਾਏ ਨੇ ਸੋ ਸਪੈਸ਼ਲ ਮੇਲਾ ਦੇਖਣ ਲਈ ਆਇਆ ਸੋ ਆਓ ਦੁਗਾਣੇ ਸ਼ੁਰੂ ਕਰਦੇ ਸਾਡੀ ਲੋਕ ਬੋਲੀ ਸਾਡਾ ਲੋਕ ਵਿਰਸਾ ਸਾਡਾ ਲੋਕ ਰੰਗ ਕਿ ਪਿੱਛੇ ਪਿੱਛੇ ਆਉਂਦਾ ਮੇਰੀ ਪੈੜ ਵੇਂਦਾ ਆਈ ਚੀਰੇ ਵਾਲਿਆਂ ਤੋਂ ਲੱਭ ਕੇ ਲਿਆਈ ਵੇ ਮੇਰਾ ਲੌਂਗ ਗਵਾਚਾ ਨਿਗਾਹ ਮਾਰਦਾ ਆਈ ਅੱਗੋਂ ਗੱਭਰੂ ਜਵਾਬ ਦਿੰਦਾ ਕਿ ਤੂੰ ਤਾਂ ਆਖ ਦਿੱਤਾ ਲੌਂਗ ਲੱਭ ਕੇ ਲਿਆਈ ਮੈਨੂੰ ਕੱਖ ਵੀ ਨਜ਼ਰ ਨਾ ਆਏ ਨੀ ਕਾਲਾ ਘੱਗਰਾ ਸੂਫ ਦਾ ਧਰਤੀ ਸੁੰਬਰ ਦਾ ਆਹ ਬੇੜਾ ਬਹਿ ਜੇ ਟੀ ਵੀ ਚੈਨਲ ਵਾਲਿਆਂ ਦਾ ਘੱਗਰੇ ਘੁੱਗਰੇ ਗਾਇਬ ਹੀ ਕਰਤੇ ਸਾਡਾ ਸੱਭਿਆਚਾਰ ਹੀ ਬਦਲ ਕੇ ਰੱਖਤਾ ਪੁਰਾਣੇ ਵੇਲਾਂ 'ਚ 18 ਗਜ ਦਾ ਘੱਗਰਾ 20 ਗਜ ਦਾ ਘੱਗਰਾ ਹੁੰਦਾ ਸੀ ਅਤੇ ਹੁਣ ਸੁੱਖ ਨਾਲ 20 ਗਜ ਕੱਪੜਾ ਲੈ ਕੇ ਕਿਸੇ ਚੰਗੇ ਸ਼ਹਿਰ 'ਚ ਭੇਜ ਦਿਓ ਸਾਰੇ ਸ਼ਹਿਰ ਦੇ ਕੱਪੜੇ ਬਣ ਜਾਂਦੇ ਆ ਤੁਸੀਂ ਆਪ ਹੀ ਸਿਆਣੇ ਰਹਿੰਦੀ ਗੁੰਦੀ ਕਸਰਾ ਟਿੱਕਟੋਕ ਅਤੇ ਇੰਸਟਾਗ੍ਰਾਮ ਨੇ ਕੱਢਤੀ ਮੈਂ ਤਾਂ ਅੱਜ ਦੋ ਗਾਣੇ ਸੁਣ ਕੇ ਆਇਆ ਸਾਡੀਆਂ ਪੰਜਾਬ ਦੀਆਂ ਕਲਾਕਾਰਾਂ ਨੇ ਬਈ ਉਹਨਾਂ ਨੇ ਕੰਨਾਂ ਨੂੰ ਹੱਥ ਲਵਾ ਤੇ ਮੈਂ ਇਕੱਲਾ ਨਹੀਂ ਸੁਣ ਸਕਦਾ ਹੋਰ ਤਾਂ ਕਿਸੇ ਨੇ ਸੁਣਨਾ ਕਿ ਤੁਹਾਡੇ ਕੋਲ ਪਹੁੰਚ ਗਿਆ ਹੋਣਾ ਸਾਰਿਆਂ ਕੋਲ ਜਿਹੜੇ ਹੱਸਦੇ ਆ ਨਾ ਮੈਨੂੰ ਪਤਾ ਪਰ ਇੱਕ ਸੋਚ ਲਿਆ ਜੇ ਜੇ ਅੱਜ ਅਸੀਂ ਇਕੱਲੇ ਇਕੱਲੇ ਸੁਣਦੇ ਹਾਂ ਸਾਡੀਆਂ ਧੀਆਂ ਭੈਣਾਂ ਵੀ ਸੁਣਨਗੀਆਂ ਕਿਤੇ ਕੱਢ ਕੇ ਕਿਉਂਕਿ ਉਹ ਤਾਂ ਅੱਗੇ ਆ ਹੀ ਜਾਣਾ ਸੋ ਉਹਨਾਂ ਭੈਣਾਂ ਨੂੰ ਵੀ ਬੇਨਤੀ ਜਿਹੜੀਆਂ ਗਾਉਣ ਵਾਲੀਆਂ ਸਾਡੀਆਂ ਵੀ ਸਾਡੇ 'ਤੇ ਤਰਸ ਕਰੋ ਸਾਡਾ ਸੱਭਿਆਚਾਰ ਬਚਾ ਲਓ ਐਂ ਨਾ ਕਰੋ ਸਾਨੂੰ ਲੋਕ ਤਾਂ ਹੀ ਮਾੜਾ ਕਹਿੰਦੇ ਨੇ ਕਿ ਅਸੀਂ ਕਈ ਵਾਰੀ ਜ਼ਿਆਦਾ ਗੰਦ ਪਾ ਦਿੰਦੇ ਹਾਂ ਸੋ ਆਓ ਬਾਬੂ ਸਿੰਘ ਜੀ ਮਾਨ ਮਰਾੜ ਵਾਲੇ ਉਹਨਾਂ ਦੀ ਵੀ ਰਚਨਾ ਤੁਹਾਡੀ ਨਜ਼ਰ ਕਾਲਾ ਘੱਗਰਾ ਸੂਫ ਦਾ ਧਰਤੀ ਸੁੰਬਰ ਦਾ ਜਾਇ ਆ ਜੀ ਲੌਂਗ ਲੱਭ ਕੇ ਲਿਆਈ ਤੂੰ ਤਾਂ ਕਹਿ ਦਿੱਤਾ ਤੂੰ ਤਾਂ ਆਖ ਦਿੱਤਾ ਲੌਂਗ ਲੱਭ ਕੇ ਲਿਆਈ ਮੈਨੂੰ ਕੱਖ ਵੀ ਨਜ਼ਰ ਨਾ ਆਏ ਨੀ ਆਏ ਨੀ ਆਏ ਨੀ ਕਾਲਾ ਘੱਗਰਾ ਸੂਫ ਦਾ ਧਰਤੀ ਸੁੰਬਰ ਦਾ ਧਰਤੀ ਸੁੰਬਰ ਦਾ ਜਾਏ ਨੀ ਕਾਲਾ ਘੱਗਰਾ ਸੂਫ ਦਾ ਧਰਤੀ ਸੁੰਬਰ ਦਾ ਜਾਏ ਨੀ ਉਹ ਕਾਲਾ ਘੱਗਰਾ ਸੂਫ ਦਾ ਦੂਰ ਦੂਰ ਤੱਕ ਲੌਂਗ ਮਾਰੇ ਲਸ਼ਕਾਰੇ ਨੀ ਦੂਰ ਦੂਰ ਤੱਕ ਦੂਰ ਦੂਰ ਤੱਕ ਲੌਂਗ ਮਾਰੇ ਲਸ਼ਕਾਰੇ ਮਾਰੇ ਲੌਂਗ ਲਸ਼ਕਾਰੇ ਲੌਂਗ ਮਾਰੇ ਲਸ਼ਕਾਰੇ ਮਾਰੇ ਲੌਂਗ ਲਸ਼ਕਾਰੇ ਲੌਂਗ ਮਾਰੇ ਲਸ਼ਕਾਰੇ ਕਈ ਹਾਲੀਆਂ ਦੇ ਹਾਲੇ ਡੁਕਵਾਏ ਨੀ ਕਾਲਾ ਘੱਗਰਾ ਸੂਫ ਦਾ ਧਰਤੀ ਸੁੰਬਰ ਦਾ ਧਰਤੀ ਸੁੰਬਰ ਦਾ ਹਜਾਈ ਨੀ ਕਾਲਾ ਘੱਗਰਾ ਸੂਫ ਦਾ
ਚੱਟ ਪਿੱਛੇ ਚੁੰਨੀ ਦੀਆਂ ਬੁੱਕੜਾਂ ਸਮਾਰਦੀ ਨੇ ਮੋਰਾਂ ਵਾਂਗੂ ਪਹਿਲਾਂ ਪਾਉਂਦੀ ਜਾਵੇ ਛਾਲਾਂ ਮਾਰਦੀ ਐਨੀ ਜਾਵੇ ਛਾਲਾਂ ਮਾਰਦੀ ਚੱਟ ਪਿੱਛੇ ਚੁੰਨੀ ਦੀਆਂ ਬੁੱਕੜਾਂ ਸਮਾਰਦੀ ਨੇ ਮੋਰਾਂ ਵਾਂਗੂ ਪਹਿਲਾਂ ਪਾਉਂਦੀ ਜਾਵੇ ਛਾਲਾਂ ਮਾਰਦੀ ਐਨੀ ਜਾਵੇ ਛਾਲਾਂ ਮਾਰਦੀ ਲੌਂਗ ਨੂੰ ਕੀ ਰੋਵੇ ਲੌਂਗ ਨੂੰ ਕੀ ਰੋਵੇ ਲੌਂਗ ਨੂੰ ਕੀ ਰੋਵੇ ਤੇਰੇ ਰਾਹ ਚ ਮਜਾਜਣੇ ਮਜਾਜਣੇ ਰਾਹ ਚ ਤੇਰੇ ਰਾਹ ਚ ਮਜਾਜਣੇ ਹੋ ਰਾਹ ਚ ਮਜਾਜਣੇ ਮਜਾਜਣੇ ਰਾਹ ਚ ਤੇਰੇ ਰਾਹ ਚ ਮਜਾਜਣੇ ਹੋ ਬੰਦਾ ਵੀ ਗਵਾਚਿਆ ਨਾ ਥੈ ਨੀ ਕਾਲਾ ਘੱਗਰਾ ਸੂਫ ਦਾ ਧਰਤੀ ਸੁੰਬਰਦਾ ਧਰਤੀ ਸੁੰਬਰਦਾ ਜਾਇ ਨੀ ਕਾਲਾ ਘੱਗਰਾ ਸੂਫ ਦਾ ਮੇਰਾ ਲੌਂਗ ਗਵਾਚਿਆ ਘੱਗਰਾ ਸੂਫ ਦਾ ਥੈਂਕ ਯੂ ਜੀ ਸਾਰਿਆਂ ਦਾ ਸਭ ਤੋਂ ਪਹਿਲਾਂ ਤਾਂ ਮੇਰੀ ਗੱਲ ਸੁਣ ਲੈ ਜਿਹੜਾ ਲੌਂਗ ਵਾਚਿਆ ਨਾ ਉਹ ਲੈ ਕੇ ਦੇਣਾ ਪਹਿਲਾਂ ਮੈਨੂੰ ਇਹ ਦੱਸ ਮਾਂ ਜੀ ਨੂੰ ਕੀ ਹੋਇਆ ਪਤਾ ਨਹੀਂ ਐਵੇਂ ਨਿੱਕੀ ਨਿੱਕੀ ਗੱਲੋਂ ਮੇਰੇ ਨਾਲ ਲੜਦੀ ਰਹਿੰਦੀ ਹੈ ਅੱਜ ਜਦੋਂ ਸਵੇਰੇ ਮੈਂ ਸੁਰਖੀ ਪਾਊਡਰ ਜਿਹਾ ਲਾਉਣ ਲੱਗੀ ਨਾ ਸਭ ਤੋਂ ਪਹਿਲਾਂ ਤਾਂ ਮਾਂ ਜੀ ਨੇ ਆ ਕੇ ਮੇਰਾ ਸ਼ੀਸ਼ਾ ਤੋੜਤਾ ਫਿਰ ਮੇਰੀ ਸੁਰਮੇਦਾਨੀ ਖੋਲੀ ਉੱਤੋਂ ਤੇਰੀ ਛੋਟੀ ਭੈਣ ਆ ਗਈ ਉਹ ਵੀ ਆ ਕੇ ਮੇਰੇ ਨਾਲ ਕਲੇਸ਼ ਕਰਨ ਲੱਗ ਗਈ ਉੱਧਰੋਂ ਤੇਰੀ ਵੱਡੀ ਭੈਣ ਭਰਜਾਈ ਆ ਗਈ ਉਹ ਵੀ ਆ ਕੇ ਲੜਨ ਲੱਗ ਗਈ ਤਿੰਨਾਂ ਨੂੰ ਸਮਝਾਵਾਂ ਨਹੀਂ ਤਾਂ ਮੇਰਾ ਗੁੱਸਾ ਬਹੁਤ ਭੈੜਾ ਪਤਾ ਨਹੀਂ ਮੈਥੋਂ ਕੀ ਹੋ ਜਾਣਾ ਬਹੁਤ ਲੜਦੀ ਆ ਮੇਰੇ ਨਾਲ ਸਾਰਾ ਦਿਨ ਗੁੱਸਾ ਮੇਰਾ ਵੀ ਬਹੁਤ ਜ਼ਾਲਮ ਸੀ ਆ ਵਿਆਹ ਤੋਂ ਬਾਅਦ ਪਤਾ ਨਹੀਂ ਕੀ ਹੋ ਗਿਆ ਬਾਈ ਗੁਰਨਾਮ ਮੇਰਾ ਚਾਲ ਬਹੁਤ ਪਿਆਰਾ ਮਿੱਤਰ ਮੈਂ ਬੜੇ ਪ੍ਰੋਗਰਾਮ ਲਾਏ ਨੇ ਇਹਨਾਂ ਪਿੰਡ ਵੀ ਬਹੁਤ ਪਿਆਰਾ ਸੱਜਣ ਦੁਆਬੇ ਦੇ ਵਿੱਚੋਂ ਯਾਰਾਂ ਦਾ ਯਾਰ ਸਕੇ ਭਰਾਵਾਂ ਤੋਂ ਬਾਅਦ ਬਹੁਤ ਸਾਰਾ ਮਾਣ ਕਰਕੇ ਗਿਆ ਚਾਲ ਖੁਰਦਬੇ ਮਿਹਰਬਾਨੀ ਸੋ ਜਿਹੜੇ ਹਿਸਾਬ ਨਾਲ ਰਿਸ਼ਤੇਦਾਰੀਆਂ ਗਣਾਤੀਆਂ ਮੈਨੂੰ ਨਹੀਂ ਲੱਗਦਾ ਬੀਬੀਆਂ ਭੈਣਾਂ ਨੂੰ ਇੱਕ ਬੇਨਤੀ ਹੈ ਵੀ ਜਦੋਂ ਨਵੇਂ ਘਰੇ ਜਾਈਦਾ ਤੁਹਾਨੂੰ ਵੀ ਪਤਾ ਵੀ ਬਹੁਤ ਔਖਾ ਧੰਨ ਤੁਸੀਂ ਹੋ ਜਿਹੜੇ ਇੱਕ ਘਰ ਛੱਡ ਕੇ ਦੂਜੇ ਘਰ ਜਾਂਦੇ ਹੋ ਉਹ ਵੀ ਤੁਹਾਡਾ ਘਰ ਹੁੰਦਾ ਪਰ ਉੱਥੇ ਜਾ ਕੇ ਹੌਲੀ ਹੌਲੀ ਕੈਂਚੀ ਲਾਇਆ ਕਰੋ ਇੱਕੋਦਮ ਸਾਰੇ ਰਿਸ਼ਤੇ ਨਾ ਫਿਰ ਔਖਾ ਹੋ ਜਾਂਦਾ ਕੰਮ ਮੇਰੇ ਵਰਗੇ ਨੂੰ ਔਖਾ ਹੋ ਜਾਂਦਾ ਬੰਦਾ ਵਿਚਾਰਾ ਸੰਨ 'ਚ ਫਸ ਜਾਂਦਾ ਜੇ 2 ਮਿੰਟ ਘਰ ਵਾਲੀ ਕੋਲ ਬਹਿ ਗਿਆ ਮਾਂ ਨੇ ਉਦੋਂ ਹੀ ਤੀਰ ਛੱਡ ਦੇਣਾ ਆਉਂਦਾ ਹੀ ਹੋ ਗਿਆ ਬਹੂ ਦਾ ਭੁੱਲ ਗਿਆ ਮਾਂ ਨੂੰ ਬਸ ਇੰਨਾ ਹੀ ਪਾਂ ਦਾ ਪਿਆਰ ਸੀ ਅਤੇ ਜੇ ਬੰਦਾ 2 ਮਿੰਟ ਮਾਂ ਕੋਲ ਬਹਿ ਗਿਆ ਫਿਰ ਘਰ ਵਾਲੀ ਤੀਰ ਛੱਡ ਦਿੰਦੀ ਕਹਿੰਦੀ ਲੈ ਸਾਰੀ ਉਮਰ ਮਾਂ ਕੋਲ ਰਿਹਾ ਕਦੇ ਸਾਡੇ ਕੋਲ ਵੀ ਬਹਿ ਜਾ ਕਰ ਹੁਣ ਬੰਦਾ ਸੋਚਦਾ ਯਾਰ ਮੈਂ ਜਾਵਾਂ ਕਿੱਧਰ ਫੁੱਟਬਾਲ ਨੂੰ ਕਦੇ ਇੱਧਰੋਂ ਕਿੱਕ ਮਾਰ ਦਿੰਦਾ ਕੋਈ ਇੱਧਰੋਂ ਕਿੱਕ ਮਾਰ ਦਿੰਦਾ ਫਿਰ ਉਹ ਸੋਚਦਾ ਵੀ ਐਂ ਨਹੀਂ ਕੰਮ ਸੂਤ ਆਉਣਾ ਬੰਦਾ ਸਭ ਤੋਂ ਵੱਧ ਔਖਾ ਹੁੰਦਾ ਫਿਰ ਉਹ ਬੈਲੈਂਸ ਕਰਦਾ ਲੜਾਈ ਹੁੰਦੀ ਹੈ ਉਹ ਆਪਣੇ ਘਰ ਵਾਲੀ ਨੂੰ ਵੀ ਵਿਰਾਉਂਦਾ ਅਤੇ ਮਾਂ ਦਾ ਵੀ ਖਿਆਲ ਰੱਖਦਾ ਗਾਣਾ ਮਾਂ ਤੇਰੀ ਨੇ ਸ਼ੀਸ਼ਾ ਤੋੜਤਾ ਖੋਲੀ ਸੁਰਮੇਦਾਨੀ ਤੂੰ ਮਿਣਤਾ ਨਾ ਕਰਵੇ ਮੈਂ ਰੋਟੀ ਨਹੀਂ ਖਾਣੀ ਕਹਿੰਦੀ ਨਾ ਮੈਂ ਬਣਾਉਣੀ ਹੈ ਨਾ ਮੈਂ ਖਾਣੀ ਹੈ ਹੁਣ ਬੰਦਾ ਕੀ ਕਰਦਾ ਮਿਹਨਤ ਤਰਲਾ ਕਰਦਾ ਹੋਰ ਕੀ ਕਰ ਸਕਦਾ ਸੁਣਿਆ ਜਰਾ ਗੌਰ ਨਾ ਬੇਮਾਂ ਤੇਰੀ ਨੇ ਸ਼ੀਸ਼ਾ ਤੋੜਤਾ ਬੇਮਾਂ ਤੇਰੀ ਨੇ ਮਾਂ ਤੇਰੀ ਨੇ ਸ਼ੀਸ਼ਾ ਤੋੜਤਾ ਮਾਂ ਤੇਰੀ ਨੇ ਮਾਂ ਤੇਰੀ ਨੇ ਮਾਂ ਤੇਰੀ ਨੇ ਮਾਂ ਤੇਰੀ ਨੇ ਸ਼ੀਸ਼ਾ ਤੋੜਤਾ ਹੌਲੀ ਸੁਰਮੇ ਦਾਨੀ ਤੂੰ ਮਿੰਨਤਾਂ ਨਾ ਕਰਦੇ ਗੱਲ ਸੁਣ ਲੈ ਮੇਰੀ ਨਾ ਮੈਂ ਰੋਟੀ ਬਣਾਉਣੀ ਆ ਤੇ ਨਾ ਮੈਂ ਖਾਣੀ ਆ ਨਾ ਮੈਂ ਕਿਸੇ ਨੂੰ ਖਾਣ ਦੇਣੀ ਆ ਜਿੰਨਾ ਚਿਰ ਮੇਰਾ ਸ਼ੀਸ਼ਾ ਤੇ ਸੁਰਮੇਦਾਨੀ ਨਹੀਂ ਆਉਂਦੇ ਵਾਲੀਆਂ ਮਿੰਨਤਾਂ ਜੀ ਇਹਨਾਂ ਘਰ ਮੈਨੂੰ ਨਹੀਂ ਲੋੜ ਦੇਣੀਆਂ ਮਿੰਨਤਾਂ ਦੀ ਜਾਂ ਮੈਂ ਰੋਟੀ ਨਹੀਂ ਖਾਣੀ ਮਿੰਨਤਾਂ ਨਾ ਕਰਦੇ ਮੈਂ ਰੋਟੀ ਨਹੀਂ ਖਾਣੀ ਮਿੰਨਤਾਂ ਨਾ ਕਰਦੇ ਇੰਨਾ ਗੁੱਸਾ ਕਾ ਤੂੰ ਕਰ ਗਈ ਇੰਨਾ ਗੁੱਸਾ ਕਾ ਤੂੰ ਕਰ ਗਈ ਇੰਨਾ ਗੁੱਸਾ ਕਾ ਤੂੰ ਕਰ ਗਈ ਬਣ ਵੀ ਜਾ ਸਿਆਣੀ ਰੋਟੀ ਖਾ ਲੈ ਤੂੰ ਸ਼ੀਸ਼ਾ ਸੁਰਮੇਦਾਨੀ ਰੋਟੀ ਖਾ ਲੈ ਤੂੰ ਸ਼ੀਸ਼ਾ ਸੁਰਮੇਦਾਨੀ ਰੋਟੀ ਖਾ ਲੈ ਨੀ ਖਾ ਲੈ ਖੁਸ਼ੀ ਕੱਢ ਤੂੰ ਹਾੜ ਢੋਲਣਾ ਪਾਉਂਦੀ ਨਣਦ ਪਵਾੜ ਢੋਲਣਾ ਖੁਸ਼ੀ ਕੱਢ ਤੂੰ ਹਾੜ ਢੋਲਣਾ ਪਾਉਂਦੀ ਨਣਦ ਪਵਾੜ ਢੋਲਣਾ ਕਾ ਤੋਂ ਮੈਨੂੰ ਕਾੜ ਢੋਲਣਾ ਤੇ ਕਾ ਤੋਂ ਮੈਨੂੰ ਤਾੜ ਢੋਲਣਾ ਦੱਸ ਮੇਰੀ ਜਖਾਣੀ ਤੂੰ ਮਿੰਨਤਾ ਨਾ ਕਰਦੇ ਜਾਂ ਮੈਂ ਰੋਟੀ ਨਹੀਂ ਖਾਣੀ ਮਿੰਨਤਾ ਨਾ ਕਰਦੇ ਮੈਂ ਰੋਟੀ
ने मेने जरना सिख लै हां जी करना सिख लै ताने मेने जरना सिख लै हां जी करना सिख लै गर्मी खा के ठरना सिख लै आई गर्मी खा के ठरना सिख लै आजू सूत कहानी रोटी खा लै लै तू शीशा सुरमे दानी रोटी लै तू शीशा सुरमे दानी रोटी 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 टफ लैनी चुप कर जा बहुत चिर चुप कर गई यह है मेरा विचोला इन्हें बसाया मैनू ये कहना मुंडा बहुत स्याणा है इनिया संगत बैठी एक बार दस दो भी विचोला एक जने बसा हों विचोला दो जने बसा दूजा बेड़ा मेरा भाया उन्हें तेरी ऐनक टुट जे तेरे कां बिठ मारते सिर च तुरे जाते सुक जे सिर च मुड़ के लवे आ जा पवाला एक शांप होर पाई जाता है बचोले दा भी बेड़ा बह गया बचोले दा भी बेड़ा बह गया रोल दी पटरानी तू मिनता ना कर दे जा मैं रोटी नी खानी मिनता ना कर दे मैं रोटी नी खानी मिनता ना कर दे जिंदर दी गल मन ना अड़िए एवें बहुता सिर ना चढ़िए बहुता सिर ना चढ़िए कदे किसे दे नाल ना लड़िए ओ कदे किसे दे नाल ना लड़िए जांदी विगड़ कहानी रोटी खा लै लै तू शीशा सुरमे दानी रोटी खा लै लै तू शीशा सुरमे दानी रोटी खा लै तू मिनता ना कर वे रोटी खा लै नी तू मिनता ना कर वे रोटी खा लै नी चल ठीक है शुक्र जे बालिए मेहनत जी करदा ना तो मैं रोटी खा लेनी हाँ पर मेरिया पांच चार शर्त ने पहला वो मननिया पैनिया सब तो पहला तो जो मेरे लौंग वाच है वह लैके देना शीशा तो सुरमेदानी भी लैके देनी लेती बाबा लेती। चार पांच मैं वधिया वधिया सूट लैके दे दो की हो गया बहुत सोहने चले आ सब तो पहले तो एसी लवा के दियो गर्मी बहुत ज्यादा एसी भी पूरे डेढ़ टन का होना चाहिए सुन गया किन्ने साल हो गए कहती नू कमल जी जी मैं कहा सानू ना घरे लेके जाओ ना पाओ जिथे बैठे सी एसी लगे सी डेढ़ टन का मैं तो गर्मी च बैठा सी एसी च तैयार होई है उदों ही चित बेईमान हो जाता वेख के भी डेढ़ किला मैनू पैली दाऊंदा कितों तैनू मैं डेढ़ टन का एसी लवा दिया जे कुंडी मैं कुंडी लाउणी नहीं तो कुंडी तो बिना जीरो बिल नहीं आउंदा तो बिल थोड़ा पता एसी का बहुत आता मुड़ के देने भी बीबियां छड्ड लैंदियां मेरा भरा आया मेरी माँ आई है मेरी चाची आई है मेरी ताई आई है साडा कोई आ जाए ना इनू ऐं तां वी हीटर ला दें हीटर भज्जण सारे आपदे वीरी आखू एसी लाओ एसी हुण बंदा लैके तो दे नहीं सकदा उहने रोटियां भी खाणियां फिर बेचारा मिनटा तरले जे करके समझाउंदा भी ऐ कर एसी तो बिना पा साल तां नंगाइए भी अपने बापू होरां ने किहड़ा एसी लाए सी वह भी तो अं दुनिया कट के जिंदगी कट गए वह फिर उदाहरण दिता प्यारा जहा गीत है आख्या सी एसी लै दे डेढ़ टन का वे तू नहीं गल मनदा वह मनदा ज नहीं मनदा सुने तेरा गौर ना प्यारा जहा गीत है ड्रम आओ जी भी आखिया सी एसी लै दे डेढ़ टन का तू नहीं गल मनदा जा मैं नहीं मनदा जा मैं नहीं मनदा क्यों नहीं मनदा वे दस क्यों नहीं मनदा ओ मेरी मर्जी क्यों तेरी मर्जी सारा दिन गर्मी च जवाक रोंदे रहिंदे तरस नहीं आउंदा इन्हां ते
अच्छा बच्चे रोंदे है, तू नहीं रोंदी है? ते फिर मैं भी रोऊंगा। मैं तो जिदे नहीं व्याही है तेरे नाल ओदे नहीं रोनी आ। जिदे दी व्याही है ते जेड़े व्याहे ओ कड़ास दे वेख ला, कोई हसदा विखा दे मैनू व्याह बंदा किते हसना सौखा व्याह तो बाद। जिदे दी मैं व्याही है, कहिंदी तू कदों रोएगा? नहीं मैं उदों रोऊंगा। पहली गल तो जिदे की व्याही आई है इन्हू रोंदा ही वे नहीं आ, जे कोई चीज लिया कह तो रोंदा ही रहिंदा, रोंदा ही रहिंदा। तू शुकर कर भी रोण नाल सर गया, मैं मेरा तो जी पिटण नू करदा। इन्ने खर्चे सूत नहीं आउंदे भाई जी, कित्थे जावे बंदा? नहीं मैं उदों रोऊंगा, नहीं जदों, नहीं जदों, नहीं जदों, आ जदों बिल आऊगा भाई हट जाऊगा। मैं इन्हां नू किन्नी वारी कहा कि घर का बिल स्टेज ते ना दिया करो, माड़े दिल का बंदा पता नहीं की हो जूगा। गर्मी उतो इन्नी पैंदी आ, बे आखिया सी एसी लै दे डेढ़ टन दा, तू नी गल मानदा, नहीं मानदा। मुड़के ने बुरा हाल कीता तन दा, वे की फायदा तन दा, वे गर्मी ने चाड़ देना गड्डी नार नू। ਇਹਦੇ ਨਾਲ ਗੱਲ ਨਹੀਂ ਬਣਨੀ, ਬੇਗਰਮੀ ਨੇ ਝਾੜ ਦੇਣਾ ਗੱਡੀ ਨਾਰ ਨੂੰ, ਪਿੱਛੋਂ ਫੇਰੀ ਬੁੱਕਦਾ ਵੇ, ਪਿੱਛੋਂ ਫੇਰੀ ਬੁੱਕਦਾ, ਮਹਿੰਗਾ ਸੀ ਮਾਰ ਖਾ, ਮਹਿੰਗਾ ਸੀ ਮਾਰ ਖਾ। नी तारियां दी छावे है नजारा पैण दा, नी मैं तां रोज दसदा, जे चन्न तेरे वल वेखे चोर आखना नी तेरा की कसदा, बदलां दे ओले आपे हो जू ठरकी, नी वेख नाग गुतदा। अज गुत कित्थे सिटियां है? बदलां दे ओले आपे हो जू ठरकी, नी वेख नाग गुतदा। आपा बापू लैन स्कीम करदे आं, नी कोठे ते, हां कोठे ते, कोठे ते चढ़ा ला मंजे जौण जोगीए, नी मैं जवाक चुकदा, कोठे ते चढ़ा ला मंजे राम रखीए, नी मैं न्याणे चुकदा, कोठे ते चढ़ा ला मंजे जौण जोगीए, नी मैं जवाक चुकदा। एसी अगले साल ਕਰਜਾ ਸਵਾ ਪੰਜ ਲੱਖ ਦੀ, ਵਹੀ ਸ਼ਾਹੂਕਾਰ ਦੀ ਤਾਂ ਦੇਣਾ ਕਰਜਾ ਸਵਾ ਪੰਜ ਲੱਖ ਦੀ, ਫਸਲਾਂ ਨਾ ਮਸਾ ਹੀ ਵਿਆਜ ਤਰਦਾ ਹੈ ਗਹਿਣੇ ਪਾਇਆ ਟੱਕਨੀ, ਫਸਲਾਂ ਨਾ ਮਸਾ ਹੀ ਵਿਆਜ ਤਰਦਾ ਹੈ ਗਹਿਣੇ ਪਾਇਆ ਟੱਕਨੀ। ਐਵੇਂ ਕਾਨੂੰ ਨਸ਼ੇ ਵਿੱਚ ਟੁੱਲ ਦੱਸਦੀ ਨੀ ਮੈਂ ਤਾਂ ਜਾਵਾਂ ਸੁੱਕਦਾ, ਐਵੇਂ ਕਾਨੂੰ ਨਸ਼ੇ ਵਿੱਚ ਟੁੱਲ ਦੱਸਦੀ ਨੀ ਮੈਂ ਤਾਂ ਜਾਵਾਂ ਸੁੱਕਦਾ। ਕੋਠੇ ਤੇ ਮੈਂ ਕਿਹਾ ਕੋਠੇ ਤੇ, ਕੋਠੇ ਤੇ ਚੜ੍ਹਾ ਲਾ ਮੰਜੇ ਜਿਉਣ ਜੋਗੀਏ, ਨੀ ਮੈਂ ਜਵਾਕ ਚੁੱਕਦਾ, ਕੋਠੇ ਤੇ ਚੜ੍ਹਾ ਲਾ ਮੰਜੇ ਰਾਮ ਰੱਖੀਏ, ਨੀ ਮੈਂ ਨਿਆਣੇ ਚੁੱਕਦਾ। ਹੋ
ਕੇ ਸੋਹਣੀਏ ਇਸ਼ੂ ਕੇ ਤੇਰੀ ਗੱਲ ਨੀ ਨੱਚਣਾ ਏ ਪਾਉਣਾ ਨਸ਼ੇ ਆ ਕੇ ਸੋਹਣੀਏ ਇਸ਼ੂ ਕੇ ਤੇਰੀ ਗੱਲ ਨੀ ਚਾਂਦੀ ਦਾ ਤਵੀਤ ਤੇਰਾ ਪਾਵੇ ਸੋਹਣੀਏ ਚਾਂਦੜੀ ਨੂੰ ਠੱਲਣੀ ਚਾਂਦੀ ਦਾ ਤਵੀਤ ਤੇਰਾ ਪਾਵੇ ਸੋਹਣੀਏ ਚਾਂਦੜੀ ਨੂੰ ਠੱਲਣੀ ਸੂਰਜੇ ਨੂੰ ਲੱਗਾ ਸੇਕ ਤੇਰੀ ਅੱਖ ਦਾ ਜੋ ਹਾਲੇ ਤਾਈ ਧੁਖਦਾ ਸੂਰਜੇ ਨੂੰ ਲੱਗਾ ਸੇਕ ਤੇਰੀ ਅੱਖ ਦਾ ਜੋ ਹਾਲੇ ਤਾਈ ਧੁਖਦਾ ਕੋਠੇ ਤੇ ਕੋਠੇ ਤੇ ਕੋਠੇ ਤੇ ਚੜਾਲਾ ਮੰਜੇ ਜਾਉਣ ਜੋਗੀਏ ਨੀ ਮੈਂ ਜਵਾਕ ਚੁੱਕਦਾ ਕੋਠੇ ਤੇ ਚੜਾਲਾ ਮੰਜੇ ਰਾਮ ਰੱਖੀਏ ਨੀ ਮੈਂ ਨਿਆਣੇ ਚੁੱਕਦਾ ਮੇਰਾ ਸਾਹ ਰੁਕਦਾ ਵੀ ਮੇਰਾ ਸਾਹ ਰੁਕਦਾ ਜਵਾਕ ਚੁੱਕਦਾ ਨੀ ਮੈਂ ਜਵਾਕ ਚੁੱਕਦਾ ਮੇਰਾ ਸਾਹ ਰੁਕਦਾ ਵੀ ਮੇਰਾ ਸਾਹ ਰੁਕਦਾ ਨਿਆਣੇ ਚੁੱਕਦਾ ਨੀ ਮੈਂ ਨਿਆਣੇ ਚੁੱਕਦਾ ਥੈਂਕ ਯੂ ਮਿਹਰਬਾਨੀ ਕੁਦਰਤੀ ਗੱਲ ਹੈ ਜਦੋਂ ਘਰ ਵਾਲੀ ਕੋਈ ਚੀਜ਼ ਮੰਗੇ ਅਤੇ ਬੰਦਾ ਲਿਆ ਕੇ ਨਾ ਦੇਵੇ ਉਦੋਂ ਬਾਅਦ ਫਿਰ ਕੀ ਹੁੰਦਾ ਤੁਹਾਨੂੰ ਪਤਾ ਹੀ ਹੈ ਉਦੋਂ ਬਾਅਦ ਤਾਂ ਫਿਰ ਲੜਾਈ ਹੁੰਦੀ ਹੈ ਅਤੇ ਕਈ ਵਾਰੀ ਲੜਾਈ ਵੀ ਇੰਨੀ ਹੁੰਦੀ ਹੈ ਵੀ ਜਵਾਕ ਪੁੱਛਣ ਲੱਗ ਜਾਂਦਾ ਆਪਦੇ ਪਿਓ ਨੂੰ ਵੀ ਡੈਡੀ ਆਹ ਚੀਜ਼ ਤੂੰ ਕਿੱਥੋਂ ਲੈ ਕੇ ਆਇਆ ਤੈਨੂੰ ਇਹਦੇ 'ਚ ਕੀ ਚੰਗਾ ਲੱਗਿਆ ਉਹ ਫਿਰ ਡੈਡੀ ਕਹਿੰਦਾ ਕਹਿੰਦਾ ਪੁੱਤ ਤੇਰੀ ਮਾਂ ਦੇ ਨਾ ਗੱਲ ਦੇ ਉੱਤੇ ਇੱਕ ਤਿਲ ਸੀ ਖਰੋਡੀ 'ਤੇ ਨਿੱਕਾ ਜਿਹਾ ਤਿਲ ਮੈਨੂੰ ਬਹੁਤ ਚੰਗਾ ਲੱਗਿਆ ਕਹਿੰਦਾ ਵਾਹ ਡੈਡੀ ਤੈਨੂੰ ਮੰਨ ਕੇ ਕਹਿੰਦਾ ਨਿੱਕੇ ਜਿਹੇ ਤਿਲ ਪਿੱਛੇ ਐਡੀ ਵੱਡੀ ਮੁਸੀਬਤ ਸੇੜੀ ਫਿਰਦੇ ਸੋਚਣਾ ਸੀ ਮਾੜਾ ਜਿਹਾ ਸੋ ਇਹ ਹਾਸੇ ਠੱਠੀ ਦੀ ਗੱਲਾਂ ਨੇ ਔਰਤ ਤੋਂ ਬਿਨਾਂ ਘਰ ਸੁੰਨਾ ਹੋ ਜਾਂਦਾ ਹੁਣ ਲੜਾਈ ਵੱਧ ਗਈ ਕਹਿੰਦੀ ਏ ਸੀ ਨਹੀਂ ਲੈ ਕੇ ਦੇਣਾ ਤਾਂ ਫਿਰ ਲੜਾਈ ਹੈ ਪੇਕਿਆਂ ਨੂੰ ਵੀ ਚਲੀ ਜਾਂਦੀ ਹੈ ਹੁਣ ਪਹਿਲਾਂ ਤਾਂ ਮੀਆਂ ਬੀਵੀ ਦੀ ਲੜਾਈ ਫਿਰ ਨੂੰਹ ਸਹੁਰੇ ਦੀ ਲੜਾਈ ਤੁਸੀਂ ਕਦੇ ਨਹੀਂ ਵੇਖੀ ਹੋਣੀ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਨੂੰਹ ਅਤੇ ਸਹੁਰਾ ਕਿਵੇਂ ਲੜਦੇ ਆ ਨਿੱਕੀ ਨਿੱਕੀ ਗੱਲ ਨਿੱਕੀ ਨਿੱਕੀ ਕਹਾਣੀਆਂ ਹੁਣ ਘਰ ਵਾਲੀ ਪੇਕੀ ਚਲੀ ਜਾਂਦੀ ਹੈ ਅਤੇ ਬੰਦੇ ਨੂੰ ਐਂ ਹੁੰਦਾ ਐਡੀ ਕਿਹੜੀ ਗੱਲ ਹੈ ਮਾੜਾ ਜਿਹਾ ਜਮੈਟੋ ਵਾਲਿਆਂ ਨੂੰ ਆਰਡਰ ਹੀ ਕਰਨਾ ਘਰੇ ਤੱਤੀਆਂ ਤੱਤੀਆਂ ਦੇ ਕੇ ਜਾਂਦੇ ਆ ਵਧੀਆ ਨਾਲੇ ਜਿਹੜੀ ਚੀਜ਼ ਮਰਜ਼ੀ ਮੰਗਾਓ ਘਰ ਵਾਲੀ ਨੇ ਤਾਂ ਮੂੰਗੀ ਦੀ ਦਾਲ ਧਰਨੀ ਹੁੰਦੀ ਹੈ ਸਿਆਲਾਂ 'ਚ ਸਾਗ ਧਰਨਾ ਹੁੰਦਾ ਅਤੇ ਸਾਗ ਵੀ ਬੰਦਾ ਉਦੋਂ ਕਈ ਵੀ ਰਾਤ ਨੂੰ ਸੁਪਨੇ 'ਚ ਆਉਂਦਾ ਬੰਦੇ ਨੂੰ ਐਂ ਲੱਗਦਾ ਇੱਥੇ ਸਰੋਂ ਉੱਗੇ ਆਈ ਕਿਤੇ ਧੁੰਨੀ 'ਤੇ ਇੰਨਾ ਸਾਗ ਇੰਨਾ ਸਾਗ ਹੁੰਦਾ ਅਤੇ ਗਰਮੀਆਂ 'ਚ ਮੂੰਗੀ ਹੁਣ ਬੰਦਾ ਜਮੈਟੋ ਵਾਲਾ ਦਾ ਗਿਝਿਆ ਪਰ ਚਾਰ ਕੁ ਦਿਨ ਜਮੈਟੋ ਵਾਲੇ ਦੀਆਂ ਖਾ ਕੇ ਮੁੜ ਕੇ ਪੇਟ 'ਚ ਗੜਬੜ ਜੀ ਰਹਿਣ ਲੱਗ ਜਾਂਦੀ ਫਿਰ ਸੋਚਦਾ ਯਾਰ ਇਹਦਾ ਕੰਮ ਖਰਾਬ ਹੋ ਗਿਆ ਡਾਕਟਰ ਸਾਹਿਬ ਕਹਿੰਦੇ ਵੀ ਬਾਹਰ ਕਾ ਖਾਣਾ ਨਹੀਂ ਖਾਣਾ ਭਾਈ ਘਰ ਦਾ ਖਾਣਾ ਖਾਇਆ ਕਰੋ ਹੁਣ ਘਰ ਦਾ ਖਾਣਾ ਕਿੱਥੋਂ ਖਾਵੇ ਘਰ ਵਾਲੀ ਤਾਂ ਪੇਕੀ ਗਈ ਹੈ ਫਿਰ ਸੋਚਦਾ ਮਿਹਨਤ ਮੁਹਨਤ ਕਰੀਏ ਉਹ ਥੋੜ੍ਹਾ ਜਿਹਾ ਆਕੜ ਗਈ ਹੁਣ ਫਿਰ ਬੇਨਤੀ ਕਰਦਾ ਉਹਨੂੰ ਘਰ ਵਾਲੀ ਨੂੰ ਮਿਹਨਤ ਕਰਦਾ ਉਹ ਥੋੜ੍ਹਾ ਜਿਹਾ ਆਕੜ ਜਾਂਦੀ ਹੈ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਕਿਵੇਂ ਠੀਕ ਹੋ ਮੈਂ ਤਾਂ ਠੀਕ ਹਾਂ ਤੁਸੀਂ ਦੱਸੋ ਆ ਜਾਓ ਫਿਰ ਆ ਜਾਓ ਜੀ ਨਹੀਂ ਲੱਗਦਾ ਕੀ ਕਿਹਾ ਮੇਰਾ ਨਾ ਜੀ ਨਹੀਂ ਲੱਗਦਾ ਮੈਂ ਨਹੀਂ ਆਉਣਾ ਲੈ ਆਉਣਾ ਕਿਉਂ ਨਹੀਂਗਾ ਮੈਂ ਨਹੀਂ ਆਉਂਦੀ 10 15 ਦਿਨ ਨਾਲੇ ਵੀ ਮੇਰਾ ਨਾ ਪੇਟ ਜਿਹਾ ਖਰਾਬ ਰਹਿੰਦਾ ਆ ਜਾ ਪਹਿਲਾਂ ਕਿਹਾ ਕਿੰਨੇ ਸੀ ਚੱਲ ਆ ਜਾ ਕਦੋਂ ਆਏਗੀ ਮੈਂ ਨਹੀਂ ਆਉਂਦੀ 10 15 ਦਿਨ ਠਹਿਰ ਕੇ ਕਿੰਨੇ ਦਿਨ 10 15 ਦਿਨ ਠਹਿਰ ਕੇ ਆਉਂਗੀ ਫਿਰ ਭੋਗ ਤੇ ਆ ਜੀ ਹੋਰ ਬੰਦਾ ਕਿੱਥੇ ਮਿਲ ਗਿਆ ਉਹ ਗੱਲ ਸੁਣ ਪੇਕੇ ਗਈ ਮਟਿਆਰੇ ਲਾ ਕੇ ਚਾਰ ਦਿਨਾਂ ਦੇ ਲਾਰੇ ਉਹ ਗੱਲ ਸੁਣ ਪੇਕੇ ਗਈ ਮਟਿਆਰੇ ਲਾ ਕੇ ਚਾਰ ਦਿਨਾਂ ਦੇ ਲਾਰੇ ਹੁਣ ਤਾਂ ਜੀ ਘਬਰਾਉਂਦਾ ਨਾਰੇ ਹੋਰ ਖਾਓ ਮਸਾਲੇ ਵਾਲੀਆਂ ਦਾਲਾਂ ਜੀ ਤਾਂ ਘਬਰਾਉਣਾ ਹੀ ਆ ਜਮੈਟੋ ਵਾਲੇ ਪਤਾ ਕਿੰਨੇ ਮਸਾਲੇ ਪਾ ਕੇ ਭੇਜਦੇ ਆ ਵਾਹ ਭਾਈ ਮਸਾਲਿਆਂ ਕਰਕੇ ਨਹੀਂ ਘਬਰਾਉਂਦਾ ਹੋਰ ਗੱਲ ਹੈ ਆਹ ਜਿਹੜਾ ਬਿੱਲੇ ਦੇ ਕੰਨ ਜਿੱਡਾ ਸਿਰ ਜਿੱਡਾ ਇਕੱਲਾ ਹੀ ਤਾਲਾ ਆਪ ਨੂੰ ਖੋਲ੍ਹਣਾ ਪੈਂਦਾ ਆ ਕੇ ਘਰ ਸੁਣਨਾ ਲੱਗਦਾ ਤੇਰੇ ਹੁਣ ਤਾਂ ਜੀ ਘਬਰਾਉਂਦਾ ਨਾਰੇ ਨਹੀਂ ਘਰ ਵਿੱਚ ਲੱਗੇ ਤਾਲੇ ਤੋਂ ਰੋਟੀ ਰੋਜ਼ ਮੰਗਾ ਕੇ ਖਾਵਾਂ ਵੀਰ ਜਮੈਟੋ ਵਾਲੇ ਤੋਂ ਮੈਂ ਫੁਲਕੇ ਰੋਜ਼ ਮੰਗਾ ਕੇ ਖਾਵਾਂ ਵੀਰ ਜਮੈਟੋ ਵਾਲੇ ਤੋਂ ਮੈਂ ਰੋਟੀ ਰੋਜ਼ ਮੰਗਾ ਕੇ ਖਾਵਾਂ ਵੀਰ ਜਮੈਟੋ ਵਾਲੇ ਤੋਂ ਆਪੇ ਪੇਕਿਆਂ ਨੂੰ ਤੂੰ ਤੋਰੀ ਮੈਂ ਕਿਹੜਾ ਆ ਗਈ ਮੱਲੋ ਚੋਰੀ ਵੇ ਆਪੇ ਪੇਕਿਆਂ ਨੂੰ ਤੂੰ ਤੋਰੀ ਮੈਂ ਕਿਹੜਾ ਆ ਗਈ ਮੱਲੋ ਚੋਰੀ ਸੱਚ ਕਹਿ ਕੇ ਬਾਪੂ ਹੋਰੀ ਤੈਨੂੰ ਕਿਹੜਾ ਮਨ ਪਕਾ ਕੇ ਦਿੰਦਾ ਕਰਦੀ ਨਾਰ ਪਿਨਾਵੇ ਕਿਹੜਾ ਭੁੱਲ ਕੇ ਲਾ ਕੇ ਦੇ ਤੂੰ ਕਰਦੀ ਨਾਰ ਪਿਨਾ
सोचा तू तुर गई जद पेके नी पिछों सोचा तू तुर गई जद पेके नी पिछों जाया करांगे ठेके सोचा तू तुर गई जद पेके नी पिछों जाया करांगे ठेके हो गए सारे दूर भुलेखे हो गए सारे दूर भुलेखे ना चीज थे आउंदी पाले तो आओ फुलके रोज मंगा के खावा वीर जमैटो वाले तो मैं रोटी रोज मंगा के खावा वीर जमैटो वाले तो भैन दे ब्याह दी घर विच जारी जांदी कल बेटी एन मारी बोली दे ब्याह दी घर विच तैयारी जांदी कल बेटी एन मारी बाबू ने लाती जिम्मेवारी लाती जिम्मेवारी नहीं सत शहर बाजार तेनू केड़ा फुलके लाके दिंदा घर दी नार मिलावे केड़ा मन पकाके दिंदा घर दी नार मिलावे मित्रा ने ढाबा खोलिया सड़क वे आके मित्रा ने ढाबा खोलिया सड़क वे आके मित्रा ने ढाबा कई बारी दाल कुकर विच सड़ गई नी मन मन गर्द बिड्डा ते चढ़ गई कई बारी दाल कुकर विच सड़ गई नी मन मन गर्द बिड्डा ते चढ़ गई टुकते गद्दे जूही विच उड़ गई नी बचने बिना संभाले तो निकल गई टुकते गद्दे चूही विच वड़ गई नी बचने बिना संभाले तो रोटी रोज मंगा के खावा वीर जमैटो वाले तो मैं फुलके रोज मंगा के खावा वीर जमैटो वाले तो संधुआ आजा खिच तैयारी चली उठ चलिए मारी उठारी दविंदरा आजा खिच तैयारी चली उठ चलिए मारी तैनू केड़ा मन पका के दिंदा घर दी नार बिनावे केड़ा फुलके लाके दे तू घर दी नार बिना रोटी रोज मंगा के खावा वीर जमैटो वाले तो जट्टा केड़ा मन पका के दिंदा घर दी नार बिना रोटी रोज मंगा के खावा वीर जमैटो वाले कहिंदे जोड़ियां स्वर्गां च बणदियां थैंक यू धन्नवाद जी कहिंदे जोड़ियां स्वर्गां च बणदियां धरती ते तां बस लड़न वास्ते ही आउंदियां आ तुहाडे सामणे आ जे तां तारां सही जुड़ जाण फिर तां बल्ब जग पैंदा जे किते तारां पुठियां फिर पटाके जे पैंदे रहिंदे आ इधर थोड़ी जिहियां पुठियां जुड़ियां होईयां हर गल ते लड़ाई आ पुराणे वेलां च बापू जी हरे रिश्ते लै के आउंदे सी घरे आ के पता लगदा सी घर वाली किहो जी है कोई वेखा विखाई नहीं अज कल साडियां बीबियां ने नवें रवाज चलाते सारा टब्बर इकट्ठा होके जाणगे कुड़ी वेखण फिर बीबिया नाल फीता लेके जाएंगे भी आपके मुंडे का कद भावें गिठ दे कह बहू सारे पिंड चो लम्मी चाहिए भाई फिर नाल होर भी नखरे बद के फिर कदे कहणगे भैने माड़ा जिहा नच के विखाई भी कितने लंगी लुंगी ना हो कदे कहणगे भैने कोई बोली बोली सुनाव कितने गूंगी ना होर रवाज अगे चलाता बीबिया ने आखिर इन्हों भाई कमरे च पा दो 10-15 मिनट गल्ला बातें कर लैन जिंदगी नंघाई अजक बंदे का 15 सालों भेद नहीं आता 15 मिनटों किसी का की भेद आना है पर कितने यह रवाज भी बीबिया ने चलाता उधरों मुंडा बेचारा मेरे वर्गा सीधा जहा हों भोला जहा बंदा तो इधरों कुड़ी भी बेचारा तो सियानी होंगी पिंड वाली कुड़ियां वैसे थोड़ा जहा संगती बाला होंगी बोलन लगी ना होरू जो बोल जाती ऊँ सही है पर वेखने ऐ लगता भी जीभ च नुक्स है हुण विचोले नूं इह फिक्र सी भी जदों कमरे च पाए बोल पे कितने उदों ना रिश्ता टुट जाए भी मुंडा कमला जहा सीधा जहा उन्हें पता नहीं की गल कढ़ देनी मूहों तो जे कुड़ी बोली उन्हें कहना कुड़ी नूं बोलना नहीं आता हुण सारा कुछ हो गया दाज दहेज दीआं गल्लां हो गईआं वेखा विखाई हो गई मुंडे कुड़ी नूं कमरे च पाता चिट्टी जी चादर विछे कुड़ी परले पासे हो के बह गई मुंडा इधरले पासे हो के बह गया ना मुंडा बोलिया ना कुड़ी 15 मिनट लंघ के दोवें सिखाए सी भी जे बोले रिश्ता टुट जू माड़ी किस्मत चिट्टी जी चादर विछे एक कीड़ा चढ़िया बैड ते
ਛੇ ਲੱਤਾਂ ਵਾਲਾ ਵੱਡੀ ਜੀ ਧੌਣ ਵਾਲਾ ਬੋਰਡ 'ਤੇ ਹੁੰਦਾ, ਸਪੀਡ ਬੜੀ ਹੁੰਦੀ ਉਹਦੀ। ਉਹ ਜਦੋਂ ਕੁੜੀ ਵੱਲ ਨੂੰ ਗਿਆ, ਹੁਣ ਕੁੜੀ ਘਬਰਾ ਗਈ, ਉਹਨੇ ਆਖਿਆ ਪਿੰਡ ਵਾਲੀਆਂ ਵਿਚਾਰੀਆਂ ਕਹਿੰਦੀਆਂ ਇਹਦੀ ਮਾਊ ਆ ਗਿਆ। ਉਹਨੂੰ ਹੋਰ ਤਾਂ ਕੁਛ ਸੁੱਝਿਆ, ਉਹਨੇ ਆਖਿਆ ਮਾਊ ਆ ਗਿਆ, ਹੁਣ ਇਹਨੂੰ ਦੱਸੀਏ, ਹੋਰ ਤਾਂ ਕੋਈ ਹੈ ਨਹੀਂ ਸੀ ਉੱਥੇ। ਹੁਣ ਵਿਚਾਰੀਆਂ ਪਿੰਡ ਵਾਲੀਆਂ ਭੋਲੀਆਂ ਕੁੜੀਆਂ, ਉਹਨਾਂ ਨੂੰ ਰਿਸ਼ਤੇਦਾਰੀ ਵੀ ਨਹੀਂ ਬਣਾਉਣੀ ਆਉਂਦੀ, ਇੱਕੋ ਹੀ ਰਿਸ਼ਤੇਦਾਰੀ ਹੁੰਦੀ ਇਹਨਾਂ ਕੋਲ, ਉਹੀ ਬਣਾ ਲਈ ਉਹਨੇ। ਕਹਿੰਦੀ ਵੀਰੇ ਵੀਰੇ ਮਾਊ ਆ ਗਿਆ ਮਾਊ, ਅਤੇ ਆਪਣੇ ਵਾਲਾ ਸਲੱਗ ਵੀ ਉਹਨੇ ਨਾਲ ਦੀ ਨਾ ਉਹਨੇ ਰਿਸ਼ਤੇਦਾਰੀ ਬਣਾ ਲਈ। ਕਹਿੰਦਾ ਲੈ ਉਹ ਭੈਣੇ ਧਰਵਾ ਨਾ, ਕੁਛ ਨਹੀਂ ਕਹਿੰਦਾ ਸਾਲਾ, ਧੱਤ ਮਤੌੜਾ ਜੇ ਆ ਮਾਤਾ। ਸੋ ਅੱਜ ਭਾਈ ਭੇਤ ਖੁੱਲ੍ਹ ਜਾਂਦੇ ਆ, ਪੁਰਾਣੇ ਵੇਲੇ 'ਚ ਭੇਤ ਨਹੀਂ ਖੁੱਲ੍ਹਦੇ ਸੀ। ਮੈਂ ਅੱਜ ਤੋਂ ਪਿੱਛੇ ਤੁਹਾਨੂੰ 60-70 ਸਾਲ ਪਿੱਛੇ ਲਿਜਾਣ ਲੱਗਾ, ਜਦੋਂ ਘੋੜੀਆਂ 'ਤੇ ਚੜ੍ਹ ਕੇ ਬਾਪੂ ਰੇ ਆਉਂਦੇ ਹੁੰਦੇ ਸੀ, ਉਸ ਤੋਂ ਬਾਅਦ ਨੂੰਹ ਸੱਸ ਦੀ ਅਤੇ ਨੂੰਹ ਸਹੁਰੇ ਦੀ ਲੜਾਈ ਵਿਖਾਵਾਂਗੇ, ਉਹ ਡਰਾਮਾ ਸਾਡਾ। 70 ਕੁ ਸਾਲ ਪਹਿਲਾਂ ਚਲੇ ਜਾਓ, ਪਿੱਛੇ ਲੈ ਜਾਓ ਆਪਣੀਆਂ ਸੁਰਤੀਆਂ, ਜਦੋਂ ਬਾਪੂਰੇ ਘੋੜੀਆਂ 'ਤੇ ਚੜ੍ਹ ਕੇ ਜਾਂਦੇ ਸੀ, ਆਈਂ ਗੱਭਰੂ ਅਤੇ ਮੁਟਿਆਰ ਦਾ ਰਿਸ਼ਤਾ ਤੈਅ ਹੋ ਜਾਂਦਾ, ਪਿੰਡ ਮੇਲਾ ਲੱਗਿਆ ਹੁੰਦਾ, ਵਿਚੋਲਣ ਕਹਿੰਦੀ ਕਿ ਤੂੰ ਭਾਈ ਸਾਡੇ ਪਿੰਡ ਮੇਲਾ ਵੇਖਣਾ ਹੀ, ਤੈਨੂੰ ਬਹਾਨੇ ਨਾਲ ਘਰੇ ਲੈ ਜਾਂਗੇ। ਉਦੋਂ ਕਿਹੜਾ ਕੋਈ ਸਿਆਣ ਦੱਸ ਵੀ ਕਿਹਦਾ ਮੁੰਡਾ ਕੌਣ ਆ ਗਿਆ, ਬਹਾਨੇ ਨਾਲ ਤੈਨੂੰ ਘਰੇ ਪਾਣੀ ਪੂਣੀ ਪਿਆਵਾਂਗੇ, ਤੁਸੀਂ ਇੱਕ ਦੂਜੇ ਦੇ ਦਰਸ਼ਨ ਕਰ ਲਿਓ। ਲਓ ਜੀ ਗੱਭਰੂ ਨੂੰ ਚਾਹ ਚੜ੍ਹ ਜਾਂਦਾ, ਮੇਲੇ ਵਾਲਾ ਦਿਨ ਆ ਜਾਂਦਾ, ਪਰ ਗੱਭਰੂ ਪਹੁੰਚਦਾ ਨਹੀਂ, ਕੋਈ ਕਾਰਨ ਬਣਦਾ। 10 ਦਿਨਾਂ ਬਾਅਦ ਉਸੇ ਪਿੰਡ 'ਚੋਂ ਲੰਘਦਾ, ਮਟਿਆਰਾਂ ਖੂਹ ਤੋਂ ਪਾਣੀ ਭਰ ਰਹੀ ਹੈ, ਗੱਭਰੂ ਘੋੜੀਆਂ 'ਤੇ ਚੜ੍ਹੇ ਆਉਂਦੇ, ਪਾਣੀ ਪੀਣ ਦੇ ਬਹਾਨੇ ਰੁਕਦੇ ਹੈ, ਭਰਜਾਈ ਵਿਚੋਲਣ ਮੁੰਡੇ ਨੂੰ ਸਿਆਣ ਲੈਂਦੀ ਹੈ, ਇਹਨੂੰ ਦੱਸਦੀ ਹੈ, ਕਹਿੰਦੀ ਨਹੀਂ ਇਹ ਉਹੀ ਹੈ ਜਿਹਨੇ ਉੱਤੇ ਆਉਣਾ ਸੀ। ਮਟਿਆਰ ਨੂੰ ਗੁੱਸਾ ਚੜ੍ਹਦਾ, ਕਹਿੰਦੀ ਥੱਲੇ ਉਤਰਵੇ ਉਹਤੇ ਕਿਉਂ ਨਹੀਂ ਆਇਆ, ਉਹ ਫਿਰ ਆਪਦੀ ਮਜ਼ਬੂਰੀ ਦੱਸਦਾ, ਅਤੇ ਮਟਿਆਰ ਨੂੰ ਕੀ ਕਹਿੰਦੀ ਹੈ, ਗੱਭਰੂ ਕਹਿੰਦਾ ਸਾਡੀਆਂ ਵੀ ਘੋੜੀ 'ਤੇ ਕਾਠੀਆਂ ਸਜਾਈਆਂ ਰਹਿ ਗਈਆਂ, ਅਤੇ ਮਟਿਆਰ ਕਹਿੰਦੀ ਚੰਦਰਿਆ ਸਾਡੀਆਂ ਵੀ ਹੱਟੀ ਤੋਂ ਜਲੇਬੀਆਂ ਮੰਗਾਈਆਂ ਰਹਿ ਗਈਆਂ, ਕੰਧੋਲੀ ਉੱਤੇ ਘੁੱਗੀਆਂ ਮੋਰ ਬਣਾਏ ਰਹਿ ਗਏ, ਦੁੱਧ 'ਚ ਸੇਵੀਆਂ ਪਾਈਆਂ ਰਹਿ ਗਈਆਂ, ਵੇ ਚਿੱਟੀਆਂ ਚਿੱਟੀਆਂ ਚਾਦਰਾਂ ਵਿਛਾਈਆਂ ਰਹਿ ਗਈਆਂ। ਉਹ ਕੀ ਕਹਿੰਦਾ, ਅਤੇ ਮਟਿਆਰ ਕੀ ਕਹਿੰਦੀ, ਪਿਆਰਾ ਜਿਹਾ ਤਾਂ ਗਾਣਾ ਸਾਡਾ ਕੈਨੇਡਾ ਦੇ ਵਿੱਚ ਬਹੁਤ ਸਾਂਝੀ ਰੇਡੀਓ 'ਤੇ ਬਹੁਤ ਜ਼ਿਆਦਾ ਚੱਲਿਆ ਗੀਤ, ਸੁਣਨਾ ਜ਼ਰਾ ਗੌਰ ਨਾਲ, ਹੱਟੀ ਤੋਂ ਜਲੇਬੀਆਂ ਮੰਗਾਈਆਂ, ਉਸ ਤੋਂ ਬਾਅਦ ਤੁਹਾਨੂੰ ਨੂੰਹ ਅਤੇ ਸਹੁਰੇ ਦੀ ਲੜਾਈ ਵਿਖਾਵਾਂਗੇ, ਫਿਰ ਦੇਖੋ ਕਿਵੇਂ ਲੜਦੇ ਨੂੰਹ ਅਤੇ ਸਹੁਰੇ। ਆਓ ਵੱਲ ਆਉਣ ਦੀ ਪੂਰੀ ਤਿਆਰੀ ਸੀ, ਬਾਪੂ ਜੀ ਨੇ ਕਹਿ ਤਾ ਪਾਣੀ ਦੀ ਆਵਾਰੀ ਨੀ, ਤੇਰੇ ਵੱਲ ਆਉਣ ਦੀ ਪੂਰੀ ਤਿਆਰੀ ਸੀ, ਬਾਪੂ ਜੀ ਨੇ ਕਹਿ ਤਾ ਪਾਣੀ ਦੀ ਆਵਾਰੀ ਨੀ, ਦਿਲ 'ਚ ਸਕੀਮਾਂ ਮਨ 'ਚ ਸਕੀਮਾਂ, ਦਿਲ 'ਚ ਸਕੀਮਾਂ ਹੀ ਬਣਾਈਆਂ ਰਹਿ ਗਈਆਂ, ਤੇਰੀ ਸੌਂ ਘੋੜੀ ਉੱਤੇ ਕਾਠੀਆਂ ਸੀ ਪਾਈਆਂ ਰਹਿ ਗਈਆਂ, ਘੋੜੀ ਉੱਤੇ ਕਾਠੀਆਂ ਸਜਾਈਆਂ ਰਹਿ ਗਈਆਂ, ਬਾਪੂ ਜੀ ਆ ਗਏ। ਚਾਦਰਾ ਸੀ ਸੁਹਾ ਕੇ ਰੱਖਿਆ, ਮਾਵਾਂ ਸ਼ਾਵਾਂ ਪੱਗ ਨੂੰ ਸੀ ਲਾ ਕੇ ਰੱਖਿਆ, ਕੁੜਤਾ ਤੇ ਚਾਦਰਾ ਸੀ ਸੁਹਾ ਕੇ ਰੱਖਿਆ, ਮਾਵਾਂ ਸ਼ਾਵਾਂ ਪੱਗ ਨੂੰ ਸੀ ਲਾ ਕੇ ਰੱਖਿਆ, ਦਾੜੀ ਮੁੱਛਾਂ ਸਾਡੀਆਂ, ਦਾੜੀ ਮੁੱਛਾਂ ਸਾਡੀਆਂ, ਦਾੜੀ ਮੁੱਛਾਂ ਸਾਡੀਆਂ ਢਵਾਈਆਂ ਰਹਿ ਗਈਆਂ, ਤੇਰੀ ਸੌਂ ਘੋੜੀ ਉੱਤੇ ਕਾਠੀਆਂ ਸਜਾਈਆਂ ਰਹਿ ਗਈਆਂ, ਘੋੜੀ ਉੱਤੇ ਕਾਠੀਆਂ ਸਜਾਈਆਂ ਰਹਿ ਗਈਆਂ।
ਚਾਦਰਾਂ ਵਿਛਾਉਂਦੀ ਰਹੀ ਚਾਦਰਾਂ ਵਿਛਾਉਂਦੀ ਰਹੀ ਝਾੜ ਝਾੜ ਕੇ ਰੱਖਿਆ ਸੀ ਦੁੱਧ ਕਾੜਨੀ ਚ ਕਾੜ ਕੇ ਵੇ ਮੈਂ ਚਾਦਰਾਂ ਵਿਛਾਉਂਦੀ ਰਹੀ ਝਾੜ ਝਾੜ ਕੇ ਰੱਖਿਆ ਸੀ ਦੁੱਧ ਕਾੜਨੀ ਚ ਕਾੜ ਕੇ ਦੁੱਧ ਵਿੱਚ ਸੇਵੀਆਂ ਦੁੱਧ ਵਿੱਚ ਸੇਵੀਆਂ ਦੁੱਧ ਵਿੱਚ ਸੇਵੀਆਂ ਵੀ ਪਾਈਆਂ ਰਹਿ ਗਈਆਂ ਹੱਡੀ ਤੋਂ ਜਲੇਬੀਆਂ ਮੰਗਾਈਆਂ ਰਹਿ ਗਈਆਂ ਵੇ ਹੱਡੀ ਤੋਂ ਜਲੇਬੀਆਂ ਮੰਗਾਈਆਂ ਰਹਿ ਗਈਆਂ ਬਾਪੂ ਮੂਰੇ ਮੈਂ ਵੀ ਹੁਣ ਅੜ ਬਹਿ ਜੂੰਗਾ ਜਿੱਥੇ ਵੇਖਣ ਆਇਆ ਤੈਨੂੰ ਉੱਥੇ ਹੀ ਲੈ ਜੂੰਗਾ ਬਾਪੂ ਮੂਰੇ ਮੈਂ ਵੀ ਹੁਣ ਅੜ ਬਹਿ ਜੂੰਗਾ ਜਿੱਥੇ ਵੇਖਣ ਆਇਆ ਤੈਨੂੰ ਉੱਥੇ ਹੀ ਲੈ ਜੂੰਗਾ ਬਸ ਹੁਣ ਥੋੜੀਆਂ ਥੋੜੀਆਂ ਬਸ ਹੁਣ ਥੋੜੀਆਂ ਜਦਾਈਆਂ ਰਹਿ ਗਈਆਂ ਤੇਰੀ ਸੌਂ ਘੋੜੀ ਉੱਤੇ ਕਾਠੀਆਂ ਸਜਾਈਆਂ ਰਹਿ ਗਈਆਂ ਘੋੜੀ ਉੱਤੇ ਕਾਠੀਆਂ ਸਜਾਈਆਂ ਰਹਿ ਗਈਆਂ ਹੱਡੀ ਤੋਂ ਜਲੇਬੀਆਂ ਮੰਗਾਈਆਂ ਰਹਿ ਗਈਆਂ ਵੇ ਘੋੜੀ ਉੱਤੇ ਕਾਠੀਆਂ ਸਜਾਈਆਂ ਰਹਿ ਗਈਆਂ ਹੱਡੀ ਤੋਂ ਜਲੇਬੀਆਂ ਮੰਗਾਈਆਂ ਰਹਿ ਗਈਆਂ ਵੇ ਘੋੜੀ ਉੱਤੇ ਕਾਠੀਆਂ ਸਜਾਈਆਂ ਜਸਵਿੰਦਰ ਸਿੰਘ ਜੀ ਗਰਚਾ ਸਾਹਿਬ ਯੂਕੇ ਤੋਂ 500 ਰੁਪਇਆ ਕਾਲਾ ਜੀ ਮਜ਼ਾਰੇ ਤੋਂ 500 ਰੁਪਇਆ ਮਾਣ ਭੇਜਦੇ ਨੇ ਹਾਂਜੀ ਗੁਰਨਾਮ ਜੀ ਸਾਡਾ ਬਹੁਤ ਪਿਆਰ ਵੀ ਚਹਿਲ ਸਾਹਿਬ ਬਹੁਤ ਸਾਰਾ ਮਾਣ ਕਹਿੰਦੇ ਨੇ ਸੋ ਨੂਸਰ ਦੀ ਲੜਾਈ ਆ ਗਿਆ ਸਮਾਨ ਆ ਗਿਆ ਹਾਂਜੀ ਮਿਹਰਬਾਨੀ ਲਓ ਇੱਕ ਗੀਤ ਉਸ ਤੋਂ ਪਹਿਲਾਂ ਕਿਉਂਕਿ ਥੋੜ੍ਹਾ ਸਾਡਾ ਸਮਾਨ ਇਕੱਠਾ ਕਰਨ ਵਾਲਾ ਰਹਿ ਗਿਆ ਮੈਂ ਇਸ ਗਾਣੇ 'ਚ ਨਾ 15 ਬੰਦੇ ਗਿਣਦਾ ਨਾ ਵੈਸੇ ਕਾਫੀ ਦੇਰ ਦਾ ਗਾਣਾ ਬੰਦ ਕੀਤਾ ਪਰ ਜਦੋਂ ਮੈਂ ਤੁਰੇ ਆਉਂਦਾ ਸੀ ਤਾਂ ਇੱਕ ਸੱਜਣ ਨੇ ਫਰਮਾਇਸ਼ ਕੀਤੀ ਸੀ ਇਸ ਗਾਣੇ 'ਚ 15 ਬੰਦੇ ਗਿਣਦਾ ਹੁੰਦਾ ਸੋ ਉਹ 15 ਬੰਦੇ ਕਿਹੜੇ ਨੇ ਤੁਹਾਡੇ 'ਚੋਂ ਵੀ ਇੱਕ ਦੋ ਹੋ ਸਕਦੇ ਲੇਕਿਨ ਸਾਡੇ 'ਚ ਗੁਲਾਬੀ ਵਰਦੀਆਂ ਵਾਲੇ ਵਾਹਵਾ ਹੈ ਮੈਂ ਤੁਹਾਨੂੰ ਦੱਸੂਗਾ ਕਿਹੜੇ ਕਿਹੜੇ ਹੈ ਜਿਨ੍ਹਾਂ ਦੇ ਕੰਮ ਮਾੜੇ ਹੁੰਦੇ ਆਪਾਂ ਕਹਿ ਦਿੰਦੇ ਥੋੜ੍ਹੇ ਚਿਰ ਦੇ ਪਰਾਉਣੇ ਹੀ ਹੈ ਚਾਹੇ ਉਹ ਸਾਡੇ ਵਿੱਚ ਤੁਰੇ ਫਿਰਦੇ ਆ ਲੇਕਿਨ ਇਨਸਾਨੀਅਤ ਤੌਰ 'ਤੇ ਲੋਕ ਉਹਨਾਂ ਨੂੰ ਨਕਾਰ ਦਿੰਦੇ ਨੇ ਮਾਰ ਦਿੰਦੇ ਨੇ 15 ਬੰਦੇ ਨੇ ਹਰ ਪੈਰੇ 'ਚ 3 ਬੰਦੇ ਛੋਟਾ ਜਿਹਾ ਗੀਤ ਹੈ ਉਸ ਤੋਂ ਬਾਅਦ ਨਾਲ ਦੀ ਨਾਲ ਨੂੰਹ ਅਤੇ ਸਹੁਰੇ ਦੀ ਲੜਾਈ ਆਓ ਜੀ ਕਰ ਲਓ ਉਹ ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ ਤੇ ਉਹ ਢਹਿੰਦਿਆਂ ਢਹਿ ਜਾਂਦਾ ਉਹ ਰੁੱਸੇ ਸੱਜਣਾ ਦੇ ਨਾਲ ਜੇ ਬੋਲੀਏ ਨਾ ਤੇ ਫਰਕ ਪੈਂਦਿਆਂ ਪੈਂਦਿਆਂ ਪੈ ਜਾਂਦਾ ਆ ਚੁਗਲਖੋਰ ਜੇ ਬੰਦੇ ਨੂੰ ਰੋਕੀਏ ਨਾ ਤੇ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦਾ ਜਿਹੜੇ ਬੰਦੇ ਦਾ ਕੋਈ ਗੁਰੂ ਪੀਰ ਹੈ ਨੀ ਉਹ ਭੱਠਾ ਪੈਂਦਿਆਂ ਪੈਂਦਿਆਂ ਪੈ ਜਾਂਦਾ 1 2 3 4 ਲਓ ਜੀ ਪਹਿਲੇ 3 ਬੰਦੇ ਕਹਿਣ ਲੱਗਿਆ ਸੁਣਿਓ ਇੱਕ ਸੱਪ ਦੀ ਸਿਰੀ ਦੇ ਮੂਹਰੇ ਪੈਰ ਜੋ ਧਰੇ ਵੀ ਦੂਜਾ ਕੌਲੀ ਝੱਟ ਯਾਰ ਤੇ ਭਰੋਸਾ ਜੋ ਕਰੇ ਇੱਕ ਸੱਪ ਦੀ ਸਿਰੀ ਦੇ ਮੂਹਰੇ ਦੂਜਾ ਕੌਲੀ ਝੱਟ ਯਾਰ ਤੇ ਤੀਜਾ ਮੱਚਦੀ ਹੋਈ ਅੱਗ ਨੂੰ ਜੋ ਹੱਥ 'ਚ ਫੜੇ ਮੱਚਦੀ ਹੋਈ ਅੱਗ ਨੂੰ ਜੋ ਹੱਥ 'ਚ ਫੜੇ ਤੀਜਾ ਮੱਚਦੀ ਹੋਈ ਅੱਗ ਨੂੰ ਜੋ ਹੱਥ 'ਚ ਫੜੇ ਜਾਣ ਜਾਣ ਪੰਗੇ ਲਵੇ ਜਿਹੜਾ ਕਹਿੰਦੇ ਨੇ ਸਿਆਣੇ ਤਿੰਨੋਂ ਮਰੇ ਹੀ ਮਰੇ ਕਹਿੰਦੇ ਨੇ ਸਿਆਣੇ ਤਿੰਨੋਂ ਮਰੇ ਹੀ ਮਰੇ ਕਹਿੰਦੇ ਨੇ ਸਿਆਣੇ ਤਿੰਨੋਂ ਮਰੇ ਹੀ ਮਰੇ ਕਹਿੰਦੇ ਨੇ
ਤੇਰੇ ਸਿਆਣੇ ਤੈਨੂੰ ਮਰੇ ਹੀ ਮਰੇ अगले तीन बंदे साढ़े तो बहुत होंगे उधर थोड़े पता नहीं एक जेड़ा दारू नत पीवे मंग के दूजा लंगे वैरी दे दरा चो खंग के एक जेड़ा पैक नत पीवे मंग के दूजा लंगे वैरी दे दरा चो खंग के तीजा 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 जेड़ा किसे दी उंगल ते चढ़े तीजा जेड़ा किसे दी उंगल ते चढ़े पिंड की कुड़ी नू तकदा दूजा जेड़ा असला चोरी का रखदा एक जेड़ा पिंड की कुड़ी नू तकदा दूजा जेड़ा असला चोरी का रखदा तीजा 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 जेड़ा हाथों वध खर्चा करे तीजा जेड़ा लोड़ों वध खर्चा करे सियाने तैनों मरे ही मरे नौ बंदे हो गए अगले सुनो तीन केड़े है एक जी दी माड़े कम्मा च चढ़ाई है दूजा जी दा वैरी ओदा सका भाई एक जी दी माड़े कम्मा च चढ़ाई है दूजा जी दा वैरी ओदा सका भाई है तीजा 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 जी तो जिस दी औलाद ना डरे तीजा जी तो जिस दी औलाद ना डरे कहिंदे ने सियाणे तैनूं मरे ही मरे तिन्नो मरे ही मरे सब तो वध बंदा वो नुकसान खांदा जिहदे घरे इज्जत नहीं हुंदी वह तो मरिया ही होता कई बार साढ़े वर्ग बाहर तो बहुत ताड़ियां तूड़ियां वजदी पर कई बार रोटियां घरे सानू भी गर्म आप ही करनिया पैदा एक जी नू किंगरे निंदन कर दे दूजा जेड़ा चकदा किसे दे पर दे एक जी नू किंगरे निंदन कर दे दूजा जेड़ा चकदा पर दे तीजा 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 जेड़ा कम्मे आने खुलियां चरे तीजा जेड़ा पिंड विच खुलियां चरे ਅਸੀਂ ਲੋਕ ਸੱਚਾਈਆਂ ਇੱਕ ਡਰਾਈਵਰ ਵੀਰਾਂ ਦੇ ਗੀਤ ਦੀ ਫਰਮਾਇਸ਼ ਕਰਕੇ ਮੇਰੇ ਬਹੁਤ ਪਿਆਰੇ ਭਰਾ ਮਾਣ ਕਰਕੇ ਗਏ ਨੇ ਪੰਜ ਸੌ ਰੁਪਈਆ ਬੋਲੋ ਜੀ ਜਲਦੀ ਉਸ ਤੋਂ ਬਾਅਦ ਨੋ ਸਰ ਮਿਹਰਬਾਨੀ ਸ਼ੁਕਰੀਆ ਜੀ ਦੁੱਲਾ ਮਰੇਲੇ ਵਾਲੇ ਤੋਂ ਬਹੁਤ ਸਾਰਾ ਪਿਆਰ ਬਹੁਤ ਸਾਰਾ ਮਾਨਸਕਾਰ ਹੈ ਇਹ ਸਾਡਾ ਡਾਕਟਰ ਜੋਗਾ ਮੈਨੂੰ ਕਹਿੰਦਾ ਮੈਂ ਇੱਥੇ ਬੈਠਾ ਦੱਸਦੀ ਕੋਈ ਕੰਮ ਦੀ ਲੋੜ ਹੋਵੇ ਤਾਂ ਫਿਰ ਮੈਨੂੰ ਆਪ ਹੀ ਤਰਸ ਜਾਂਦਾ ਮੈਂ ਕਿਹਾ ਉਠਾਉਣਾ ਕਿਹੜਾ ਨਾਲ ਦੇ ਬੰਦੇ ਨੂੰ ਉਠਾ ਲਏ ਯਾਰ ਉੱਠਣਾ ਵੀ ਔਖਾ ਹੋ ਜਾਂਦਾ ਬਹੁਤ ਨਹੀਂ ਹੈ
बहुत सारा प्यार, बहुत सारा मासा कमलजीत सिंह जी लड्डू, बहुत प्यारे वीर साढ़े कमेटी मैंबर वालों, जसविंदर सिंह जी गरचा यूके तो, कालाबाई जी मजारे तो स्पैशल माण करके गए हैं, शुक्रिया मेहरबानी, होर जिन्हें महान हस्तियों ने माण भेजे है उन्होंने भी तल तो धनवाद किया। एक बाई ने फरमाइश की गुड्डी का प्रौहना आ गया, हाँ 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 मैंने चेते है, पर थोड़ा जा ग्रेज कर लिया करो बाबे की जगह देते, एक दिन छड़ दिया करो, कोई गल नहीं, कई बंदे माइंड ना गुस्सा ना करो, जे इतने दरबार से आए हर एक की आपको अपनी मौज होंगी बंदे की, पर मैं कहना एक दिन छड़ दिया करो, असं भी है इस काम वाले, पर असी वेख लें माहौल में यार, अज नहीं पीते फिर कि गल, सो गुस्सा ना करो, जो कई बार किसी से गल लगती होंगी या ढुकती होंगी है वो गुस्सा कर देते, नहीं बाबे हो गया मैं तुहानू नहीं कह रहा, सियाने कहिंदे कि ना खेडा विच देश दा चमकाउण जिहड़े ते सदके जावां मैं उन्हां जवानियां तो, ना खेडा विच देश दा चमकाउण जिहड़े सदके जावां मैं उन्हां जवानियां तो, मटियारा धीआं नूं झिड़क के रखण मापे डर लगता है भैड़ा बदनामियां तो, बंदा मर के भी किधर नूं तुर जांदा है खोज होई ना ए विज्ञानियां तो, लक्की शाह पी के जिहड़े बार शेर बणदे डरदे वेखे मैं घरे जनानियां तो, डरते वेखे मैं करे जनानिया तो, सो बहुत रिस्पैक्टल बैठे हो, सो आओ उही वाजो हिंदाज जनाब हरिंदर संधू ते मैडम अमन धालीवाल तुहाडे रूबरू हाजिर है, आओ जी सर जी, एक प्यारा जिहा रिश्ता नूह ते सौरा, वैसे तो बहुत घट चांस होंदे वी नूह ते सौरा लड़ पैण, पर जे लड़ाई होवे तां हुंदी कादे पिछे, सुणे जरा गौर नाल, जदों बापू जी मंजे ते बह जांदे ना नूहां सोचदियां ये तां वेंदियां ने भी सारी उम्र ने काम किया बजुर्गों ने, धीआं पुत्तां लई कमाया तां इस घर दे विच तूं आई है ना, नूह कदे नहीं सोचदी कई वारी, उहनूं वालियां नहीं सारियां नहीं, बहुत चंगियां नूहां भी आउंदियां ने, पर कई उहनूं बापू जरिया नहीं जांदा मंजे ते बैठ, उहनां नूं ऐं हुंदा वी कोई ना कोई कम करे बापू, हुण बापू दे विचार दे गोडियां चों गरीह जिहा मुक्किआ पिआ, इक बापू चाह पींदा शुगर है नहीं बापू नूं बीमारी कोई नहीं, बापू पींदा चाह चिक्कड़ वर्गी, उन्नी पत्ती उन्ना ही मिठा तो उन्ना ही दुध, हुण नूह सोचदी बापू का फोर ट्रैक्टर जिन्ना खर्चा है, पर काम बापू कोई करता नहीं, फिर वह सोचती इन कोई ना कोई काम लावा, हुण काम कला एक ही है भी नूह के तीन जवाक है, वह कहती बापू जी होर तो कोई काम नहीं कले जवाक ही खड़ा लिया, हुण बापू जवाकों को लेके पिंड च जांदा, जवाक अजकल दे कित्थे नवा मॉडल बापू पुराना मॉडल, जवाक कित्थे सूत आउंदे बापू तो, बापू की भूतनी जी भुला दें बापू पंद्रह मिनटों से मुड़े आता, कहता भाई सामभ ला मैथों नहीं समझते, नूह आने जे कढ़ती कहती बापू कमाल हो गई, तेन कला एक काम कह तो नहीं हुंदा, सारा घर का काम करने वाला पिया, बापू बेचारा फिर चला जाता, पंद्रह मिनटों से उ करतूतों जवाक फिर कर दे, बापू फिर मुड़े आता, जो नूह फिर आने जे कढ़न लगती ना, फिर बापू कहता ए नहीं सरना हुण इहनूं जवाब देना पो, ऐ तां इहने टिकण नहीं देना, हुण नूह ते सौरा उत्थे लड़दे ने, तुसीं मेलिआं च देखिआ होणा माझे दे विच तां असीं पंगूड़ा कह दिंदे, माल विच चंडोल कहिंदे अपने की कहिंदे इधर जी, चंडोल कहिंदे अगे पंगूड़ा जी, चंडोल चंडोल की गल कर लगे, सुने जरा गौर नाल, नूह की कहिंदी है ते बापू सुनने वाला तो देखने वाला गीत है, उस बाद अगला एक होर ड्रामा है वह भी तुहानूं दिखावांगे, देख के जायो जी, बहुत वेर फिर बापू जी की करे दासियां की करना आया कि यारी दसदा करनी सफाई करे तू जाओ तो झोने दा है जोर बापू जी तू जाओ तो झोने दा है जोर बापू जी एक बापू ते जवाक बड़ा परेशान कर दे सारा दिन नहीं टिकन दे दिमाग चक्या पिया मेरा वो तो गर्मी इन्नी है उंगला फड़ा के तू खिड़ा लिया ने आने आने घरे में करी जाते ढोर बापू जी उंगला फड़ा के तू खिड़ा लिया ने आने आने घरे में पाई जाते रौला बापू जी अखा तो भी घट दिसे तुर दे ना गोडे वेरे पुत गिरीश मुखिया ये बारों ही चंगे लगते हैं दोनों गोडियां का जे ग्रीश पाना पै गया पुत बदलाने पै गए न्याई वाली चार कनाला विक जाणियां बापू के पुरजे बहुत महंगे ऐ चला लो काम अखा तो भी घट दिसे तुरदे ना गोडे मेरे
अखा तो भी घट दुस तुरते न गुडे मेरे पैर दिया उंगलों से जुत्ती लगी है आ पैर दिया उंगलों से जुत्ती लगी है बिंदे चट्टे कहे तू खड़ा लिया जवाक बापू ते बापू दी की सौरी ये चंडोल गड्डी है भी एक बारी चढ़ा के मुड़ के बापू वेला ये तो टिकन नहीं देंगे शरारती बड़े ऐनक कि लवा दी पंद्रह बंदे निके निके दिसन लग गए उंगलां फड़ बिंदे चट्टे कहे तू खटा लिया जवाक बापू बापू दी की सौरी कुड़े ने की सौरी चंडूल कट्टी है बिंदे चट्टे कहे तू खटा लिया जवाक बापू बापू दी की सौरी चंडूल कट्टी अज चली ना मधानी पैना दुद्ध भी रिड़कना है आप नू बट्टू खाऊं करे बापू जट कोई दुकानदार भज भज पवे जी में गाग नू बट्टू खाऊं करे बापू जट कोई दुकानदार भज भज पवे जी में गाग नू गोहा कूड़ा करना ते रोटी भी ले जानी है जे गोहा कूड़ा करना ते रोटी भी ले जानी है जे आंधी नू भी काम बड़े होर बापू जी आंधी नू भी काम बड़े होर बापू जी उंगड़ा फड़ा के दुखड़ा ले आने आने आनु करे में करी जांदे शोर बापू जी उंगड़ा फड़ा के दुखड़ा ले आने आने आनु करे में पाई जांदे रौला बापू जी एक गल पक्की है जी पिंडा ते शहरां दे जवाकां च फर्क बहुत होंदा आ शहर वाले जवाक माड़ा जा रोंदे च टॉफी दे दे चॉकलेट अच्छे बच्चे रोते नहीं उत्थे चुप कर जांदे ते आ पिंडा वाले पहली गल तां रोंदे ही नहीं जे रोन लग जाए फिर टॉफियां नहीं फिर ए सूत आ बापू बेचारा छोटे जवाक नू चाके लोहे वाले गेट को लै जाता हथ ने जो तो बड़ा तंग करता ना उन्होंने डराउंदा लोहे वाले गेट च जोर की डांग मारता कहना चुप कर जा कंजरा माऊ आ जूगा माऊ वो जवाक ऐसा माऊ तो डरिया बुखार चढ़ा गया तो बापू नूह तो डर गया भी जे इन्हें नूह नू दसता नूह ने मैनू लड़ना है कहिंदा आ जाओ पुत तैनूं हट्टी लेके चला रिश्वत दिंदा ते जवाकां नूं पता लग गया भी बापू कंजूस बहुत अज ही सूत आया लै लो जिहड़ा कुछ लैणा हुण की मंगदे जवाक देखियो जरा गौर कोई मंगे पोपले कोई टॉफी दा शकीन कोई मंगदा पटाके आ चलाउण नूं कोई मंगे पोपले कोई टॉफी दा शकीन कोई मंगदा पटाके आ चलाउण नूं ਇਹਨੂੰ ਮੈਂ ਕੱਲ ਪਸਤੌਲ ਲੈ ਕੇ ਦਿੱਤਾ ਅੱਜ ਮੰਗਦਾ ਏ ਰੀਲ ਵਿੱਚ ਪਾਉਣ ਨੂੰ ਇਹਨੂੰ ਮੈਂ ਕੱਲ ਪਸਤੌਲ ਲੈ ਕੇ ਦਿੱਤਾ ਅੱਜ ਮੰਗਦਾ ਏ ਰੀਲ ਵਿੱਚ ਪਾਉਣ ਨੂੰ ਇਹਨੂੰ ਮੈਂ ਕੱਲ ਪਸਤੌਲ ਲੈ ਕੇ ਦਿੱਤਾ ਇਹਨੂੰ ਮੈਂ ਕੱਲ ਪਸਤੌਲ ਲੈ ਕੇ ਦਿੱਤਾ ਅੱਜ ਮੰਗਦਾ ਏ ਰੀਲ ਵਿੱਚ ਪਾਉਣ ਪੈਸਿਆਂ ਦਾ ਖਾਓ ਨੇਰੇ ਤੇਰੇ ਤਾਂ ਜਵਾਕ ਪੈਸਿਆਂ ਦਾ ਖਾਓ ਨੇਰੇ ਤੇਰੇ ਤਾਂ ਜਵਾਕ ਇਹਨਾਂ ਨੂੰ ਤਾਂ ਬਾਪੂ ਜਿਵੇਂ ਖਾਣ ਲੱਭੀ ਹੈ ਇਹਨਾਂ ਨੂੰ ਤਾਂ ਬੁੜਾ ਜਿਵੇਂ ਖਾਣ ਲੱਭੀ ਬਿੰਦੇ ਚੱਟੇ ਕਹੇ ਤੂੰ ਖਡਾ ਲਿਆ ਜਵਾਕ ਬਾਪੂ ਬਾਪੂ ਦੀ ਕੀ ਸੌਰੀ ਹੈ ਕੁੜੇ ਨੇ ਕੀ ਸੌਰੀ ਹੈ ਚੰਡੂੜ ਕੱਢੀ ਹੈ ਬਿੰਦੇ ਚੱਟੇ ਕਹੇ ਤੂੰ ਖਡਾ ਲਿਆ ਜਵਾਕ ਬਾਪੂ ਬਾਪੂ ਦੀ ਕੀ ਸੌਰੀ ਹੈ ਚੰਡੋਲ ਕੱਢੀ ਹੈ सुख मसले आने का तू इना ताई मंदा चंगा बोली दे बांदरी जटाने वाले सुनिया जे देवताई चित चक्की जाऊ मेरे ढोली दे बांदरी जटाने वाले सुनिया जे देवताई चित चक्की जाऊ मेरे ढोली दे मूल तो प्यारा लोकी कहते ने वे आज मूल तो प्यारा लोकी कहते ने वे आज हौली हौली ले जा तोर तोर बापू जी हौली हौली ले जा तोर तोर बापू दुखड़ा लिया ने आने आनु करे में करी जांदे शोर बापू जी उंगला फड़ा के दुखड़ा लिया ने आने आनु करे
चंगा भाई मेरे नाल भेज दे न्याणे करूं औखा सौखा इना तई लोट मैं चंगा भाई मेरे नाल भेज दे न्याणे करूं औखा सौखा इना तई लोट मैं हट्टी तो दवाना जाके कच्च दियां गोलियां ते इना नूं खड़ाऊं पेल जोड़ मैं हट्टी तो दवाना जाके कच्च दियां गोलियां ते इना नूं खड़ाऊं पेल जोड़ मैं हुंदे ने न्याणे सच्ची रब वाला रूप हुंदे ने न्याणे सच्ची रब वाला रूप मेरी तां बुढ़ापे ने अकल दबी है पुत मेरी तां बुढ़ापे ने अकल दबी है हुण बापू लैके कुछ नहीं दिंदा जवाकां नूं कहिंदा लाइन बनाओ एक दूजे नूं झग्गा फड़ा दिंदे ओ फड़ो मेरा झग्गा थोड़ा इंजन बना मैं मेरे पिछे पिछे आ जाओ जिवें रेल गड्डी उंगला फड़ा के तू खिड़ा लिया न्याणियां नूं घरे में करी जांदे शोर बापू जी बापू दी की सौरी ए चंडोल गड्डी है पूरी की सौरी चंडोल गड्डी थैंक यू मेहरबानी क्योंकि असी हिसाब जहा लाया हों जो तकरीबन प्रोग्राम समाप्ति के नेड़े हो साडे वल्लों अजे टाइम होर लगना बहुत प्रबंध कह गए ने कहे जे बंद नहीं करना तो उदो चंगे चंगे स्रोते रह जाते हैं सुनने वाले सो अगला गीत भी एक ड्रामा नवा गीत अजे असी रिकॉर्ड कल ही करा के आए हैं वह भी ला दें गुड्डी का प्रौहना भी फरमायश है गुड्डी का प्रौहना आ गया पहला गुड्डी का प्रौहना सुना दी उस तो बाद साग तैनू नहीं भी होया जेठ ते भरजाई द्यौर ते भरजाई की गल है वह भी एक ड्रामा है साढ़े मुंडे बड़े काले कहिंदे भाजी नवा गाना सुनाओ इन्हां ने भी दूजी बार सुनना है सो अजकल क्योंकि स्टेजा ड्रामे चलते हैं हासे ठट्ठे दी जिवें मैं वेख्या दुआबे दे विच नकलां चलदियां ने हजे ताईं साडे नहीं चलदियां इधर चलदियां ये साडियां भी नकलां ही होंदियां क्योंकि ड्रामा एक पेशकारी करनी होंदी है किसी नूं हसाउण वास्ते आप थोड़ा जिहा झल्ले बनना पैंदा सो गुड्डी दा प्रौहना आ गया दी दो लैणा उस बाद नाल दी नाल अगले दे गाने तुहाडी नज़र ओह कहिंदे आंडियां दी भुरजी बना लईए नहीं तो तड़का कुकड़ नू ना ला लिए ओ नाले दारू पहले तोड़ दी मंगा लिए ते खुशी दा माहौल छा गया ओ साले कर दे स्कीमा सेवा करिए भी गुड्डी दा परौना आ गया ओ साले कर दे स्कीमा सेवा करिए भी पम्मी दा परौना आ गया भी भोली दा परौना आ गया भी शिंदी दा परौना आ गया ते चरनों दा परौना आ गया असी वेदे रहने भी कीदा ना आई जांदा फिर बीबियां उन्हें छेड़तियां ना दी तेरा ना आ गया तेरा ना गया परमात्मा सब नू हसदियां रखे ओ साले कर दे स्कीमा सेवा करिए भी गुड्डी दा परौना आ गया भी गुड्डी दा परौना आ गया गुड्डी दा परौना सफाई भी करा लिए नाले पक्खियां संदूक चों कढ़ा लिए लग सद के सफाई भी करा लिए नाले पक्खियां संदूक चों कढ़ा लिए एक सोना जिहा पल गिढ़ा लिए लोका डिवा मछाउणा आ गया साले घर दे स्कीमां सेवा करिए भी गुड्डी दा परौना आ गया Oh
ओदे कोल बैठे रहे हो सारे टिक के, कोई जावोगे चंगी ही गल सिख के। ओदे कोल बैठे रहे हो सारे, कोई जावोगे चंगी ही गल। गीत सोने सोने, गीत सोने सोने, सोने सोने किंगिरा भी लिख के चकीर पिंड विच गा गया। साले कर दे स्कीमा सेवा करिए, बाबे कट्ठे हो दस बारह। वैसे तो पिंडां च वेख्या बजुर्ग बहुत घट रह गए ने, ते जे किते बजुर्ग पांच सत कट्ठे हो के बैठे होण ना, उन्हां दीआं गल्लां सुणन वालीआं हुंदीआं, उन्हां नूं सारे पिंड दा भेत हुंदा किहदे सिर किन्ना कर्ज़ है, किहदा मुंडा बाहर चला गया, किहने जाणा, किहने पैड़ी बेइज्जती, किहने बैंक तों लोन कराया, किहदी कुड़ी दा रिश्ता टुट गया, किहदे मुंडे दा हो गया। कली कली पिंड की रिपोर्ट होंदी है, फिर वह बह के तबसरा करते, आपस में विचार वटांदरा करते, यार लोगों ने नाले इन्हां दे सिर करजा नाले गड्डियां लई फिरदे, अपने वेले तां करजे नूं बीमारी समझा जांदा सी, वह फिर सारे पिंड की चर्चा करते, विचे कलाकारां नूं भी माड़ा कहिंदे आ, वह किवें कहिंदे, एक नवां गीत सुणे जरा गौर नाल, बाबे आउण वाला गीत है उहदियां चादरां दे, उस तों बाद अगले दे गाणे। ओ बाबे कट्ठे हो दस बारह, बह के सथ विच करन विचारा, ना ओ ढाडी ते ना वारा, ना ओ ढाडी ते ना वारा, भी अपने वेले चंगे सी, बिछण सियां ओ सज्जण सियां, हाँ उदू बाद ड्राइवर वाला गीत की फरमाइश भी ला दूँ, के अपने वेड़े चंगे सी, का तो चंगे सी, जिन्नी कर ली उन्नी खा ली, ना वादू दे पंगे सी, जिन्नी कर ली उन्नी खा ली, ना वादू दे पंगे सी, ना वादू दे पंगे सी, मेरिया लुंगी भई पक्के हो गए कच्चे रस्ते, ना ओ कलम दुवाता बसते, आ पक्के हो गए कच्चे रस्ते, ना ओ कलम दुवाता बसते, अज कल वैर बड़े ही सस्ते, ए पाते हथियारां जिहड़े मेरे अर्गे नूं नहीं लोड़ हुंदी ओह भी रखी फिरदा, कहिंदा जी लसंस पहलां साडा बणाओ। एक नौजवान मुंडा बारह बोर बंदूक लैन चला गया, वैसे तो लेंदे नहीं मुंडे, पसंद नहीं करते बारह बोर नूं, अगे बजुर्ग दुकानदार बैठे से जिहड़े गन हाउस ते, मुंडा कहिंदा बापू जी ये बारह बोर लैनी है किन्नी कमार करती है, तो बजुर्गों ने जवाब दिता कहिंदे पुत्रा अगे नूं तां इह अद्धा पौणा किला ही मार करती है, पर जदों चल जांदी है ना फिर पिछों जिन्ने किले हुंदे सारे उड़ा दिंदी है। वह कहिंदा बापू जी पिछों भी चलती है, कहिंदे नहीं पुत पिछों नहीं चलती, समझिया नहीं तू, मुड़ के जिहड़े मगर किले रह जांदे अदालतां जुट जांदे आ, गोलियां तो दो चलियां सारी उम्र कचहरियां च कढ़ती। अज कल वैर बड़े ही सस्ते, ए पाते हथियारां, भावें सिर ते दस लख कर्ज़ है ते थले फिर भी कारां ने, भावें सिर ते दस लख कर्ज़ ओ थले फिर भी, ओ थले फिर भी कारां, वाह।
ਬੜਾ ਸਨਮਾਨ ਸਾਡੇ ਸਰ ਬੜੇ ਪਿਆਰ ਧੰਨਵਾਦ ਜੀ ਥੈਂਕ ਯੂ ਪਰਮਾਤਮਾ ਚੜ੍ਹਦੀ ਕਲਾ ਜੀ ਹੋ ਲੋਕੀ ਸ਼ੋਸ਼ੇ ਬਾਜ ਨੇ ਬਾਲੇ ਆਮਦਨ ਘੱਟ ਤੇ ਖਰਚ ਵਧਾ ਲੇ ਜਮਾ ਸਹੀ ਗੱਲ ਹੈ ਬਾਈ ਚੱਕ ਕੇ ਲਿਮਟ ਚਬਾਰੇ ਪਾ ਲੇ ਲੈ ਕੇ ਲੋਨ ਚਬਾਰੇ ਪਾ ਲੇ ਇਹ ਕਾਦੀ ਸਰਦਾਰੀ ਹੈ ਪਹਿਲਾਂ ਵੇਚੀ ਚਾਰ ਕਨਾਲਾਂ ਹੁਣ ਬਾਈ ਤੇ ਹੁਣ ਕਿੱਲੇ ਦੀ ਤਿਆਰੀ ਹੈ ਪਹਿਲਾਂ ਵੇਚੀ ਚਾਰ ਕਨਾਲਾਂ ਹੁਣ ਕਿੱਲੇ ਦੀ ਤਿਆਰੀ ਹੈ ਪਹਿਲਾਂ ਵੇਚੀ ਚਾਰ ਕਨਾਲਾਂ ਹੁਣ ਕਿੱਲੇ ਦੀ ਤਿਆਰੀ ਹੈ ਕਿੱਲੇ ਦੀ ਤਿਆਰੀ ਹੈ ਹੁਣ ਕਿੱਲੇ ਦੀ ਤਿਆਰੀ ਮਿੰਟੂ ਜੀ ਕਲਾਕਾਰ ਵਾਲੇ ਪਾਸੇ ਆ ਗਏ ਤੂੰ ਹੁਣ ਬਾਬੇ ਕਹਿੰਦੇ ਇਹਨਾਂ ਨੇ ਬੜਾ ਰੌਲਾ ਪਾਇਆ ਪਤੰਦਰ 15-20 ਸਾਜੀ ਆ ਸਾਊਂਡ ਦਾ ਟਰੱਕ ਭਰ ਕੇ ਲਿਆਉਂਦੇ ਆ ਰੌਲਾ ਬਹੁਤ ਪਾਉਂਦੇ ਆ ਅੱਕੇ ਪਏ ਆ ਜਦੋਂ ਪਿੰਡ ਸਰਪੰਚਾਂ ਦੇ ਮੁੰਡੇ ਦਾ ਵਿਆਹ ਹੁੰਦਾ ਫਿਰ ਦੋਵੇਂ ਸਾਥ 'ਚ ਬੈਠੇ ਬਜ਼ੁਰਗ ਗੱਲਾਂ ਕਰਦੇ ਆ ਬਚਣ ਸੇ ਆ ਲੱਗਦਾ ਤੈਨੂੰ DMC ਲਿਜਾਣਾ ਪਊਗਾ ਪਤੰਦਰ ਧਮਕ ਬੜੀ ਪੈਂਦੀ ਹੈ ਕਾਲ ਜਾਂ ਬਾਹਰੋਂ ਹੋ ਮੁੜ ਪੈ ਜਾਨਵਰ ਦੁੱਧ ਚੜਾ ਜਾਂਦੇ ਪਸ਼ੂ ਪੰਛੀ ਆਲਣੇ ਜੁੱਟ ਜਾਂਦੇ ਇੰਨਾ ਇੰਨਾ ਸ਼ੋਰ ਹੁੰਦਾ DJ ਦਾ ਹੁਣ ਫਿਰ ਕਲਾਕਾਰਾਂ ਨੂੰ ਵਾਪਰੇ ਕੀ ਕਹਿੰਦੇ ਆ ਹੋ ਕੀਨੇ ਬਣਨਾ ਏ ਜੱਟ ਯਮਣਾ ਹੋ ਚਿੱਟੀ ਪੱਗ ਤੇ ਛੱਡਿਆ ਸ਼ਮਲਾ ਕੀਨੇ ਬਣਨਾ ਏ ਜੱਟ ਯਮਣਾ ਹੋ ਚਿੱਟੀ ਪੱਗ ਤੇ ਛੱਡਿਆ ਸ਼ਮਲਾ ਕੀਤਾ ਮਾਂ ਬੋਲੀ ਤੇ ਹਮਲਾ ਰਾਜੂ ਠੱਠੀ ਭਾਈ ਅੱਜ ਕੱਲ੍ਹ ਕਾਹਦੇ ਕੰਮ ਦੀ ਗਾਇਕੀ ਆਕਾਂ ਮਾਂ ਰੌਲੀ ਪਾਈ ਏ ਅੱਜ ਕੱਲ੍ਹ ਕਾਹਦੇ ਕੰਮ ਦੀ ਗਾਇਕੀ ਰੌਲੀ ਪਾਈ ਇੱਕ ਡਰਾਈਵਰ ਵੀਰਾਂ ਦਾ ਗੀਤ ਇੱਕ ਸਾਡੇ ਗੁਰਨਾਮ ਵੀਰ ਦੀ ਫਰਮਾਇਸ਼ ਪੂਰੀ ਕਰਦੇ ਜੀ ਆ ਡਰਾਈਵਰ ਉਹ ਵੀ ਲਾ ਦਿੰਦੇ ਇੱਕ ਡਰਾਈਵਰ ਵੀਰਾਂ ਦਾ ਛੋਟਾ ਗੀਤ ਉਸ ਤੋਂ ਬਾਅਦ ਇੱਕ ਡਰਾਮਾ ਸਾਡਾ ਹੋਰ ਰਹਿ ਗਿਆ ਸੀ ਉਹ ਵੀ ਤੁਹਾਡੇ ਨਜ਼ਰ ਕਰਦੇ ਹਾਂ ਹਾਂਜੀ ਉਹ ਸੁਰ ਬਦਲਣਾ ਪੈਣਾ ਨਾ ਤਾਂ ਕਰਕੇ ਪਹਿਲਾਂ ਹੀ ਲਾ ਦਿੰਦੇ ਹਾਂਜੀ ਮੈਂ ਤਾਂ ਤੱਕ ਲਈ ਗੁਰਾਂ ਦੀ ਬਿਲੂਟਣੀ ਕੰਮ ਕਰਤਾ ਬਾਬੇ ਨੇ ਸਾਡਾ ਲੋਟਣੀ ਉਹ ਪਸ਼ੂ ਵੇਚ ਤੇ ਜ਼ਮੀਨ ਗਹਿਣੇ ਤਰ ਕੇ ਮੈਂ LV ਟਰੱਕ ਪਾ ਲਿਆ ਸਾਂਭੇ ਜਾਣੇ ਨਾ ਪ੍ਰੀਤੋ ਤੇ ਥਨੋਟਣੀ ਬੰਬੇ ਦਾ ਜਦੋਂ ਗੇੜਾ ਲਾ ਲਿਆ ਭਾਂਬੇ ਜਾਣੇ ਨਾ ਪਰੀ ਤੋ ਤੇ ਦਨੂਟਣੀ ਬੰਬੇ ਦਾ ਜਦੋਂ ਗੇੜਾ ਲਾ ਲਿਆ ਤੈਨੂੰ ਕਿਹਾ ਸੀ ਗੱਡੀ ਵੇ ਨਮੀ ਪਾਈ ਨਾ ਬਾਤੀ ਖਾਂਦਾ ਤੇ ਥੋੜੀ ਤੋ ਕਿਤੇ ਜਾਈ ਨਾ ਤੈਨੂੰ ਕਿਹਾ ਸੀ ਗੱਡੀ ਵੇ ਨਮੀ ਪਾਈ ਨਾ ਬਾਤੀ ਖਾਂਦਾ ਤੇ ਥੋੜੀ ਤੋ ਕਿਤੇ ਜਾਈ ਨਾ ਕਿਹੜੇ ਹੋਈਆਂ ਨਾ ਛੁੜਾਈਆਂ ਜਾਣ ਪੈਰੀਆਂ ਪੈ ਜਾਂਦੀਆਂ ਨੇ
वेखे मैं तो रक्ता वाले मखना किश्ता ना जान परिया रोंदे वेखे मैं तो रक्ता वाले मखना किश्ता ना जान परिया वे दिन रात मैं खेतां दे विच मरिया पल्ला पूरा ना खेती ने मेरा करिया दिन रात मैं खेतां दे विच मरिया पल्ला पूरा ना खेती ने मेरा करिया रे तेल दे भी जाने लग तोड़िया नी रे तेल दे भी जाने लग तोड़िया नी सिर कर जा चढ़ा लिया जाने ना परी तो दे दो नोड़नी बबे दा जदो गेड़ा ला लिया सांबे जाने ना परी तो दे दो नोड़नी बवाटी जदो गेड़ा ला लिया लेंदे बाट राते जदो वेंदे केर वे हत जार के लंगन दिंदे फेर वे गटी बाट राते लेंदे जदो केर वे हत जार के लंगन दिंदे फेर वे पेंदे होर भी बथेरे उत खर्चे बिना जान लोड़ करिया देखे मैं तो रखा वाले मखना किश्ता ना जान परिया रोंदे देखे मैं तो रखा वाले मखना किश्ता ना जान परिया जो लम्मिया रूटा ते जट जाऊगा बह के ढाबे दे परौठे बिल्लू खाऊगा जो लम्मिया रूटा ते जट जाऊगा बह के ढाबे दे परौठे बिल्लू खाऊगा चिट्टा चादरा जमाली जुत्ती कटवी नी चिट्टा चादरा चादरा जमाली जुत्ती कटवी ना तेरा गड्डी तेल खा लिया सांभ जाने ना परी तो ते नोड़नी गुहाटी जदो गेड़ा ला लिया सांबे जाने ना परी तो ते नोड़नी गुहाटी जदो गेड़ा ला लिया किताब पराई नु गड्डी रे मलंग वे कोई बिक गई अजे भी हाथ तंग वे किताब पराई नु गड्डी रे मलंग वे कोई बिक गई अजे भी हाथ तंग वे दूध बेच के गुजारा हुणे करदा वे वट के ले आवे चरिया रोंदे वेखे मैं डरका वाले मखणा किश्ता ना जान परिया रोंदे वेखे मैं डरका वाले मखणा किश्ता ना जान परिया सांबे जाने ना परी तो ते तो नूड़नी बंबे दा जदो गेड़ा ला लिया ते किश्ता ना जान परिया बंबे दा जदो गेड़ा ला लिया ते किश्ता ना जान परिया सुनी विश की ना सुनी विश की ना एक गल मुटियार दी वे सुनी विश की ना एक गल मुटियार दी सुनी विश की ना एक गल मुटियार दी थोड़ी थोड़ी पींदे बाकी कौड़े आते ढोल दे इन्नी इन्नी पींदे ਇੰਨੀ ਇੰਨੀ ਪੀਂਦੇ ਬਾਕੀ ਕੌੜਿਆਂ ਤੇ ਡੋਲਦੇ ਥੋੜੀ ਥੋੜੀ ਪੀਂਦੇ ਬਾਕੀ ਕੌੜਿਆਂ ਤੇ ਡੋਲਦੇ ਆਸ਼ਕੀ ਬੰਦੇ ਤਾਂ ਮਗਰੂਰੀ ਨਾਲ ਬੋਲਦੇ ਆਸ਼ਕੀ ਬੰਦੇ ਤਾਂ ਬਿੱਲੋ ਮੌਜ ਨਾਲ ਬੋਲਦੇ ਕਿਤੇ ਨਹੀਂ ਆ
ਨਾ ਮੇਰੀ ਤੇਰੀ ਉੱਤੇ ਅੱਖ ਵੇ ਗੌਰ ਨਾਲ ਮੇਰੀ ਤੂੰ ਜਵਾਨੀ ਵੱਲ ਤੱਕ ਵੇ ਕਿਤੇ ਦੀ ਚੰਨਾ ਮੇਰੀ ਤੇਰੀ ਉੱਤੇ ਅੱਖ ਵੇ ਗੌਰ ਨਾਲ ਮੇਰੀ ਤੂੰ ਜਵਾਨੀ ਵੱਲ ਤੱਕ ਔਖੇ ਵੇਲੇ ਵੇਖੀ ਜਿੰਦੇ ਤੇਰੇ ਉੱਤੋਂ ਵਾਰ ਔਖੇ ਵੇਲੇ ਵੇਖੀ ਜਿੰਦੇ ਤੇਰੇ ਉੱਤੋਂ ਵਾਰ ਸੁਣੀ ਵੇ ਸ਼ਕੀਨਾ ਸੁਣੀ ਵੇ ਸ਼ਕੀਨਾ ਇੱਕ ਤੂੰ ਸੁਣੀ ਵੇ ਸ਼ਕੀਨਾ ਇੱਕ ਗੱਲ ਮੁਟਿਆਰ ਦੀ ਤੇਰੇ ਜਿਹੀਆਂ ਸੋਹਣੀਆਂ ਦਾ ਕੀ ਇਹ ਦੀਵਾਰ ਨਹੀਂ ਤੇਰੇ ਜਿਹੀਆਂ ਸੋਹਣੀਆਂ ਦਾ ਤੇਰੇ ਜਿਹੀਆਂ ਸੋਹਣੀਆਂ ਦਾ ਕੀ ਇਹ ਦੀਵਾਰ ਨਹੀਂ ਪੌੜੀ ਚੱਕ ਲੈਂਦੀਆਂ ਚੜਾ ਕੇ ਕੋਠੇ ਪਿਆਰ ਨਹੀਂ ਤੇਰੇ ਜਿਹੀਆਂ ਸੋਹਣੀਆਂ ਦਾ ਕੀ ਇਹ ਦੀਵਾਰ ਨਹੀਂ ਪੌੜੀ ਚੱਕ ਲੈਂਦੀਆਂ ਚੜਾ ਕੇ ਕੋਠੇ ਪਿਆਰ ਨਹੀਂ ਚੜਾ ਕੇ ਕੋਠੇ ਪਿਆਰ ਨਹੀਂ ਚਾਰ ਪੀਂਘਾਂ ਨਾਲੋਂ ਝੂਟੇ ਚੰਗੇ ਆ ਚੰਡੋੜ ਦੇ ਚਾਰ ਪੀਂਘਾਂ ਨਾਲੋਂ ਝੂਟੇ ਚੰਗੇ ਆ ਚੰਡੋੜ ਦੇ ਆਸ਼ਕੀ ਬੰਦੇ ਤਾਂ ਆਸ਼ਕੀ ਬੰਦੇ ਤਾਂ ਮਗਰੂਰੀ ਨਾਲ ਬੋਲਦੇ ਆਸ਼ਕੀ ਬੰਦੇ ਤਾਂ ਮਿਲੋ ਮੌਜ ਨਾਲ ਬੋਲਦੇ ਪਿੱਛੇ ਪਿੱਛੇ ਆਉਣੀ ਆ ਘੰਗੂਰੇ ਤੈਨੂੰ ਮਾਰਦੀ ਵੇ ਆਸ਼ਕੀ ਬੰਦੇ ਤਾਂ ਮਗਰੂਰੀ ਨਾਲ ਬੋਲਦੇ ਮੈਂ ਪਿੱਛੇ ਪਿੱਛੇ ਆਉਣੀ ਆ ਘੰਗੂਰੇ ਤੈਨੂੰ ਮਾਰਦੀ ਆਸ਼ਕੀ ਬੰਦੇ ਤਾਂ ਮਗਰੂਰੀ ਨਾਲ ਬੋਲਦੇ ਤੇਰੀ ਮੇਰੀ ਜੋੜੀ ਪੂਰੀ ਫਿੱਟ ਮਾਈਆ ਵੀ ਫੇਸਬੁੱਕ 'ਤੇ ਪਾਵਾਂਗੇ ਸੈਲਫੀ ਖਿੱਚ ਮਾਈਆ ਅੱਜ ਕੱਲ੍ਹ ਬੀਬੀਆਂ ਭੈਣਾਂ ਕੋਲ ਮੋਬਾਈਲ ਆ ਕੇ ਜੇ ਨਹੀਂ ਲੈ ਕੇ ਦਿੰਦੇ ਫਿਰ ਭਰਾ ਦੇ ਗੱਲ 'ਚ ਅੰਗੂਠਾ ਦਿੰਦੀਆਂ ਲੈ ਕੇ ਦੇ ਮੇਰੀ ਦਰਾਣੀ ਕੋਲੇ ਆ ਮੇਰੀ ਜਠਾਣੀ ਕੋਲੇ ਆ ਫਿਰ ਬੰਦਾ ਲੈ ਵੀ ਦਿੰਦਾ ਭਰਾ ਵੀ ਲੈ ਦਿੰਦਾ ਕਈ ਵਾਰੀ ਵੈਸੇ ਅੱਜ ਕੱਲ੍ਹ ਪਰਮਾਤਮਾ ਇਹ ਆ ਵੀ ਘਰੋਂ ਹੀ ਮਿਲ ਜੇ ਤਾਂ ਵਧੀਆ ਗੱਲ ਹੈ ਮੋਬਾਈਲ ਫਿਰ ਵਿਆਹਾਂ 'ਤੇ ਬੀਬੀਆਂ ਦੇ ਸੂਟ ਵੀ ਤਰ੍ਹਾਂ ਤਰ੍ਹਾਂ ਦੇ ਸੋਹਣੇ ਸੋਹਣੇ ਪਾਏ ਹੁੰਦੇ ਆ ਬੰਦਾ ਇੱਕੋ ਸੂਟ ਨਾਲ ਵਿਆਹ ਵੇਖ ਲੈਂਦਾ ਬੀਬੀਆਂ ਨੇ ਚਾਰ ਪੰਜ ਬਦਲਣੇ ਹੁੰਦੇ ਫਿਰ ਸਾਰੇ ਪੋਜ ਬਣਾਉਂਦੀਆਂ ਪੈਲਸ ਦੇ ਵਿੱਚ ਟਾਵਰ ਬੜੀ ਕੱਢੀ ਹੁੰਦੀ ਡੈਕੋਰੇਸ਼ਨ ਬੜੀ ਹੁੰਦੀ ਆ ਫਿਰ ਫੋਟੋਆਂ ਜਦੋਂ ਹੋ ਜਾਂਦੀਆਂ ਇੱਥੋਂ ਤੱਕ ਠੀਕ ਹੈ ਉਦੋਂ ਬਾਅਦ ਫਿਰ ਕਹਿਣਗੇ ਜਿਹਨੂੰ ਹੁਣ ਨਾ ਸਟੇਟਸ ਲਾਓ ਆ ਸਟੇਟਸ ਨੇ ਬੜੇ ਜਬ ਪਾਏ ਆ ਕਦੇ ਕਹਿਣਗੇ ਫੇਸਬੁੱਕ 'ਤੇ ਸਟੇਟਸ ਲਾ ਦਿਓ ਕਦੇ ਕਹਿਣਗੇ ਵਟਸਐਪ 'ਤੇ ਹੁੰਦਾ ਕਿਉਂ ਨਹੀਂ ਮੈਨੂੰ ਆਪਦੇ ਪਿੰਡ ਵਾਲਿਆਂ ਦਾ ਪਤਾ ਪਤੰਦਰਾਂ ਨੇ ਮੇਰੀ ਫੋਟੋ ਤਾਂ ਵੇਖਣੀ ਨਹੀਂ ਤੇਰੀ ਇਕੱਲੀ ਦੀ ਜੂਮ ਕਰ ਕਰਕੇ ਵੇਖਣਗੇ ਨੇੜੇ ਕਰ ਕਰਕੇ ਹਾਂ ਬਈ ਲੋਕ ਸ਼ਰਾਰਤੀ ਬਹੁਤ ਹੋ ਗਏ ਆ ਉਹ ਕਹਿੰਦਾ ਮੈਂ ਲਾਇਕ ਨਹੀਂ ਦੇਣੀ ਫੋਟੋ ਪਾਉਣੀ ਨਹੀਂ ਉਹ ਕਹਿੰਦੀ ਪਾਓ ਜੀ ਸਾਡਾ ਆਇਆ ਹੋਇਆ ਗੀਤ ਹੈ ਸੈਲਫੀ ਖਿੱਚ ਮਾਈਆ ਸੁਣਦੇ ਹਾਂ ਆ ਵੇ ਤੇਰੀ ਮੇਰੀ ਜੋੜੀ ਪੂਰੀ ਫਿੱਟ ਮਾਇਆ ਹੋ ਤੇਰੀ ਮੇਰੀ ਜੋੜੀ ਪੂਰੀ ਜੱਚਦੀ ਹੈ ਫੇਸਬੁੱਕ ਤੇ ਫੇਸਬੁੱਕ ਤੇ ਪਾਵਾਂ ਸੈਲਫੀ ਖਿੱਚ ਮਾਇਆ ਫੇਸਬੁੱਕ ਤੇ ਪਾਵਾਂ ਸੈਲਫੀ ਖਿੱਚ ਸੋਹਣਿਆ ਵੇ ਹੋ ਤੇਰੀ ਮੇਰੀ ਨੀ ਮੇਰੀ ਹਾਨਣੇ ਤੇਰੀ ਮੇਰੀ ਜੋੜੀ ਪੂਰੀ ਜੱਜਦੀ ਹੈ ਤੇਰੀ ਮੇਰੀ ਜੋੜੀ ਪੂਰੀ ਜੱਜਦੀ ਹੈ ਭੈਣ ਦੀ ਫੋਟੋ ਪਾਉਣ ਨੂੰ ਦੁਨੀਆ ਮੱਚਦੀ ਹੈ ਭੈਣ ਦੀ ਫੋਟੋ ਪਾਉਣ ਨੂੰ ਦੁਨੀਆ ਮੱਚਦੀ ਹੈ ਫੇਸਬੁੱਕ ਤੇ ਪਾਵਾਂਗੇ ਸੈਲਫੀ ਖਿੱਚ ਮਾਇਆ ਫੇਸਬੁੱਕ
ਕੁੜੀਆਂ ਵਰਗੀ ਸੋਹਣੀ ਏ ਪਰੀਆਂ ਨੂੰ ਭਾਵੇਂ ਮਾਤ ਚੰਨੋ ਨੀ ਧੂਰਾਂ ਵਰਗੀ ਸੋਹਣੀ ਏ ਪਰੀਆਂ ਨੂੰ ਭਾਵੇਂ ਮਾਤ ਚੰਨੋ ਆਪਣਾ ਗੁੜ ਕਿਉਂ ਚੋਰੀ ਖਾਈਏ ਬੁਝਕਾਂ ਮੇਰੀ ਬਾਤ ਆਪਣਾ ਗੁੜ ਕਿਉਂ ਚੋਰੀ ਖਾਈਏ ਬੁਝਕਾਂ ਮੇਰੀ ਬਾਤ ਚੰਨੋ ਇਹ ਚੰਦਰੀ ਦੁਨੀਆਂ ਲੋਕਾਂ ਦੇ ਘਰ ਵੜਦੀ ਹੈ ਚੰਦਰੀ ਦੁਨੀਆਂ ਦੂਜਿਆਂ ਦੇ ਘਰ ਵੜਦੀ ਹੈ ਰਹਿਣ ਦੇ ਫੋਟੋ ਭੈਣ ਦੀ ਸੈਲਫੀ ਪਾਉਣ ਨੂੰ ਦੁਨੀਆਂ ਮੱਚਦੀ ਹੈ ਭੈਣ ਦੇ ਫੋਟੋ ਪਾਉਣ ਨੂੰ ਦੁਨੀਆਂ ਮੱਚਦੀ ਹੈ ਫੇਸਬੁੱਕ ਤੇ ਪਾਵਾਂ ਸੈਲਫੀ ਖਿੱਚ ਮਾਇਆ ਭੈਣ ਦੇ ਫੋਟੋ ਪਾਉਣ ਨੂੰ ਦੁਨੀਆਂ ਮੱਚਦੀ ਹੈ ਫੇਸਬੁੱਕ ਤੇ ਪਾਵਾਂ ਸੈਲਫੀ ਖਿੱਚ ਮਾਇਆ ਉਹ ਰਹਿਣ ਦੇ ਫੋਟੋ ਪਾਉਣ ਨੂੰ ਨੀ ਦੁਨੀਆਂ ਸੜਦੀ ਹੈ ਮੱਚਦੀ ਹੈ ਸੜਦੀ ਹੈ ਸੋ ਇੰਨੀ ਹਾਜ਼ਰੀ ਕਬੋਲੀਆਂ ਦੋ ਸੁਣਾਉਣ ਲੱਗੇ ਤੁਹਾਨੂੰ ਥੈਂਕ ਯੂ ਭੈਣਾਂ ਦਾ ਸਾਡੀਆਂ ਦਾ ਧੰਨਵਾਦ ਜੀ ਤਾਂ ਨਹੀਂ ਕਰਦਾ ਹਟਣ ਪਰ ਪ੍ਰਬੰਧਕਾਂ ਵੱਲੋਂ ਵੀ ਹੁਕਮ ਹੈ ਕੋਈ ਨਹੀਂ ਇੱਕ ਬੇਨਤੀ ਇੱਧਰ ਪਾਰਕਿੰਗ ਦੇ ਵਿੱਚ ਜਿੱਥੇ ਗੁਰੂ ਨਾਨਕ ਦਰਬਾਰ ਹੈ ਇੱਥੇ ਗੱਡੀ ਖੜ੍ਹੀ ਆ ਸਾਡੇ ਸਾਜੀਆਂ ਦੀ ਉਹਦੇ ਅੱਗੇ ਮੋਟਰਸਾਈਕਲ ਖੜ੍ਹੇ ਆ ਜਿਹਨਾਂ ਜਿਹਨਾਂ ਦੇ ਵੀ ਰਾਸਤਾ ਕਰ ਦਿਉ ਬਹੁਤ ਮਿਹਰਬਾਨੀ ਹੋਵੇਗੀ ਇਹਨਾਂ ਨੇ ਗੱਡੀ ਕੱਢਣੀ ਥੈਂਕ ਯੂ ਆਓ ਜੀ ਬੋਲੀਆਂ ਦੋ ਪਾਰਕੀ ਤੁਹਾਡੀ ਦਿਓ ਜੀ ਮਿੰਟੂ ਜੀ ਓ ਚੰਡੀਗੜ੍ਹ ਜਾ ਹੁਸਨ ਨਹੀਂ ਤੇ ਮੁਕਸਰ ਵਰਗੀ ਜੁੱਤੀ ਬਈ ਸ਼ਹਿਰ ਬਟਾਲੇ ਲੋਕ ਬੁਰੇ ਜੋ ਓ ਸ਼ਹਿਰ ਬਟਾਲੇ ਲੋਕ ਬੁਰੇ ਜੋ ਦਿੰਦੇ ਗਾਲ ਕਪੱਤੀ ਲੁਧਿਆਣੇ ਜਾ ਰੋਬ ਨਹੀਂ ਤੇ ਅੰਮ੍ਰਿਤਸਰ ਜਾ ਜੇਰਾ ਨੱਚ ਲੈ ਹਾਣ ਦੀਏ ਇੱਕ ਚੌਂਕ ਦਾ ਗੇੜਾ ਨੱਚ ਲੈ ਹਾਣ ਦੀਏ ਇੱਕ ਚੌਂਕ ਦਾ ਗੇੜਾ ਨੱਚ ਲੈ ਹਾਣ ਦੀਏ ਇੱਕ ਚੌਂਕ ਦਾ ਗੇੜਾ ਨੱਚ ਲੈ ਹਾਣ ਜੈਪੁਰ ਵਰਗਾ ਸ਼ਹਿਰ ਨਹੀਂ ਤੇ ਗੰਗਾ ਵਰਗਾ ਪਾਣੀ ਬੋਲੀ ਨਹੀਂ ਦੁਆਬੇ ਦੀ ਤੇ ਮਾਝੇ ਦੀ ਜ਼ਬਾਨੀ ਉਹ ਸਿੱਖਾਂ ਵਰਗੀ ਅਣਖ ਨਾ ਵਰਗਾ ਧਰਤੀ ਵਰਗੀ ਮਾਵਾਂ ਤੇਰੀ ਨੇਕੀ ਦਾ ਅੱਜ ਦੀ ਤਾਜ਼ਾ ਖਬਰ ਸੁਣਾਵਾਂ ਵਿੱਚ ਅਖਬਾਰ ਦੇ ਆਇਆ ਛੇ ਮਹੀਨਿਆਂ ਦਾ ਭਰੂਣ ਬੱਚੀ ਦਾ ਝਾੜੀਆਂ ਵਿੱਚੋਂ ਉਹ ਨਾ ਕੋਈ ਪਿੱਟਿਆ ਨਾ ਕੋਈ ਰੋਇਆ ਨਾ ਕਿਸੇ ਸੋਗ ਮਨਾਇਆ ਵਿਗੜ ਗਈ ਇਹ ਸਾਰੀ ਦੁਨੀਆ ਸਿੱਧੇ ਰਸਤੇ ਲਿਆਵੋ ਬਾਬਾ ਨਾਨਕ ਜੀ ਇਸ ਕਾਮਯਾਬ ਮੇਲੇ ਦੀਆਂ ਸਾਰਿਆਂ ਨੂੰ ਮੁਬਾਰਕਾਂ ਖਾਸ ਤੌਰ 'ਤੇ ਪ੍ਰਬੰਧਕ ਕਮੇਟੀ